दो गल्लां करिए प्रोग्राम फिर तुहाडा स्वागत है। तो अज साढ़े नाल इस गलबात लई बैठे आस्ट्रेलिया तो आई लेखक बीबी कुलजीत कौर गजलोरी जिन्हां नाल असीं गल्लां कर रहे हैं। असीं उन्हां नाल गलबात दे मौके तुहानू सारयां नू मीडिया पंजाब टीवी दे वेड़े जी आया आखदे हाँ। तो असीं जाणांगे अज उन्हां दी कला उन्हां दी लेखनी ते प्रवास दे जीवन बारे कि किवें हंडा रहे ने ते इह किवें दा है किवें अगे आना है ते किवें असीं अपना विरसा जिउंदा रखना है ते नवां सिरजना है। इस गल नू लै के असीं बीबी जी नाल कुछ गल्लां करांगे। तो उन्हां गल्लां तो पहला मैं यही गल कहना चाहना जिहड़ी सुखनवरां बारे बहुत वधिया शेयर अपने गालिब जी कह गए आ, हैं और भी दुनिया में सुखनवर बहुत अच्छे, हैं और भी दुनिया में सुखनवर बहुत अच्छे, कहते हैं कि गालिब का है अंदाजे बयां और। इस करके जदों असीं किसी भी साहित्यकार नाल किसी रचनाकार नाल गलबात करते हैं सानू पता हुंदा है कि उहदा की अंदाज है ते उह किहड़ी विधा च लिखदे न की लिखदे न। इस करके अज असीं चाहुंदे हां कि इह बीबी कुलजीत कौर गज़ल उहनां दा तुहाडे नाल जाण पछाण भी कराई जावे ते उहनां दी जो लेखनी है उह कित्थों आउंदी है ते की वर्तमान ते की भविख बारे उहनां दी लेखनी ने असर पाउणा है इह असीं देखणा है। बीबी कुलजीत कौर गज़ल जी तुहानूं जर्मनी च जी आयां मीडिया पंजाब टीवी वल्लों बहुत मेहरबानी। पहलां इह दस्सो कि तुहाडा जर्मनी आउण दा सबब किवें बणिया है? मैं इत्थे इक विआह वेखण आई हाँ, मेरी सहेली है जर्मन कुड़ी है ते वो मेरी कई सालां तों मेरी सहेली मेरे नज़दीक है बहुत ते उहदा विआह सी ते बस सबब बन गया। चलो ठीक है, फिर विआह च बीज दा लेखा भी हुण असीं पावांगे ना जां बीज विआह दा लेखा पाने आ तुसीं कदों तो बाहर हो मतलब आस्ट्रेलिया दे अंदर? मैं 2007 ਦੇ ਵਿੱਚ ਗਈ ਸੀ ਵਿਦਿਆਰਥੀ ਦੇ ਤੌਰ ਤੇ ਤੇ ਉਸ ਤੋਂ ਬਾਅਦ ਫਿਰ ਮੈਂ ਆਸਟ੍ਰੇਲੀਆ ਰਹਿ ਰਹੀ ਹਾਂ। ਅੱਛਾ, ਆਸਟ੍ਰੇਲੀਆ ਰਹਿੰਦੇ ਆ ਤੁਹਾਨੂੰ ਕਦੇ ਬੇਗਾਨਾਪਣ ਵੀ ਮਹਿਸੂਸ ਹੋਇਆ? ਹਾਂਜੀ, ਇਹ ਤਾਂ ਹਾਲੇ ਤੱਕ ਵੀ ਮੇਰਾ ਪਿੰਡ ਮੇਰੇ ਦਿਲ 'ਚ ਵੱਸਦਾ, ਮੇਰਾ ਘਰ ਪਰਿਵਾਰ ਜਿਹਦੇ ਕਰਕੇ ਮੈਂ ਪਿੱਛੇ ਜਿਹੇ ਥੋੜ੍ਹਾ ਮਾਨਸਿਕ ਤੌਰ 'ਤੇ ਬਿਮਾਰ ਵੀ ਰਹੀ ਹਾਂ। ਮੈਨੂੰ ਨਹੀਂ ਲੱਗਦਾ ਮੇਰੇ ਤੋਂ ਮੇਰਾ ਪਿੰਡ ਜਾਂ ਮੇਰਾ ਪੰਜਾਬ ਅਲੱਗ ਹੋਊਗਾ। ਨਹੀਂ, ਉਹ ਤਾਂ ਕਦੇ ਵੀ ਨਹੀਂ ਹੋਣਾ, ਪਰ ਫਿਰ ਵੀ ਆਸਟ੍ਰੇਲੀਆ ਵੀ ਆਪਣੇ ਮਨ ਵਿੱਚ ਕੁਛ ਨਾ ਕੁਛ ਜਗ੍ਹਾ ਬਣਾ ਸਕਿਆ ਕਿ ਨਹੀਂ? ਹਾਂਜੀ, ਆਸਟ੍ਰੇਲੀਆ ਬਹੁਤ ਵਧੀਆ ਸ਼ਹਿਰ, ਬਹੁਤ ਵਧੀਆ ਦੇਸ਼ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਣੇ ਭਾਰਤ ਨਾਲੋਂ ਅਲੱਗ ਆ, ਜਿਹੜੀਆਂ ਅਸੀਂ ਉੱਥੇ ਨਹੀਂ ਪ੍ਰਾਪਤ ਕਰ ਸਕੇ, ਇੰਨਾ ਪੜ੍ਹ ਲਿਖ ਕੇ ਕੁਛ ਕੋਈ ਨੌਕਰੀ ਹਾਸਲ ਨਹੀਂ ਕਰ ਸਕੇ, ਉਹ ਆਸਟ੍ਰੇਲੀਆ ਨੇ ਮੈਨੂੰ ਸਾਰਾ ਕੁਛ ਦਿੱਤਾ ਹੋਇਆ ਅਤੇ ਇਸ ਲਈ ਮੈਂ ਜਦੋਂ ਮੈਨੂੰ ਕੋਈ ਪੁੱਛਦਾ ਤਾਂ ਮੈਂ ਇਹ ਦੱਸਦੀ ਹੁੰਦੀ ਹਾਂ ਕਿ ਇੰਡੀਆ ਮੈਨੂੰ ਲੱਗਦਾ ਹੈ ਕਿ ਮੇਰੀ ਜੰਮਣ ਭਾਉਂ ਹੈ ਅਤੇ ਆਸਟ੍ਰੇਲੀਆ ਮੈਨੂੰ ਇੰਝ ਲੱਗਦਾ ਹੈ ਜਿੱਦਾਂ ਮੇਰੀ ਉਹ ਮਾਂ ਹੈ ਜਿਹਨੇ ਮੈਨੂੰ ਪਾਲਿਆ ਹੈ, ਮੈਨੂੰ ਖਾਣ ਲਈ ਦਿੱਤਾ। ਠੀਕ ਹੈ, ਇਸ ਸਬੱਬ ਨਾਲ ਬਹੁਤੇ ਸਾਰੇ ਲੋਕ ਜਿਹੜੇ ਤੀਜੀ ਦੁਨੀਆ ਦੇ ਮੁਲਕਾਂ ਦੇ ਜਾਂ ਉਹਨਾਂ ਮੁਲਕਾਂ ਜਿੱਥੋਂ ਰੁਜ਼ਗਾਰ ਨਹੀਂ ਮਿਲਦਾ ਉੱਥੋਂ ਭੱਜਦੇ ਨੇ। ਮੈਂ ਇਹ ਦੱਸਣਾ ਚਾਹੁੰਦਾ ਕਿ ਬੀਬੀ ਕੁਲਜੀਤ ਕੌਰ ਗਜ਼ਲ ਹੋਰੀ ਗਜ਼ਲ ਲਿਖਦੇ ਨੇ ਅਤੇ ਇੱਕੋ ਇੱਕ ਆ ਮੇਰਾ ਖਿਆਲ ਨਾਂ ਐਸਾ ਜਿਹੜੇ ਗਜ਼ਲ ਵੀ ਲਿਖਦੇ ਹੋਣ, ਆਪ ਵੀ ਗਜ਼ਲ ਹੋਣ। ਅਤੇ ਤੁਹਾਡਾ ਇੱਕ ਸ਼ੇਅਰ ਹੈ, ਜੇ ਸ਼ਾਇਰ ਹੈ ਤਾਂ ਮਹਿਫਿਲ ਵਿੱਚ ਗਜ਼ਲ ਵਰਗੀ ਗਜ਼ਲ ਆਖੀ, ਜੇ ਸ਼ਾਇਰ ਹੈ ਤਾਂ ਮਹਿਫਿਲ ਵਿੱਚ ਗਜ਼ਲ ਵਰਗੀ ਗਜ਼ਲ ਆਖੀ, ਨਾ ਚਾਨਣ ਨੂੰ ਕਹੀਂ ਹਨੇਰਾ ਨਾ ਪੱਥਰ ਨੂੰ ਕਮਲ ਆਖੀ। ਇਹੋ ਜਿਹਾ ਸ਼ੇਅਰ ਕਿਹੜੀ ਸਥਿਤੀ ਜੰਮਦੇ? ਇਹ ਵੇਖੋ ਜੀ, ਮੈਂ ਆਪਣੇ ਮਾਂ ਪਿਓ ਤੋਂ ਹਮੇਸ਼ਾ ਸਿੱਖਿਆ ਕਿ ਸੱਚ ਬੋਲੋ, ਕੋਈ ਗੱਲ ਨਹੀਂ, ਕੋਈ ਵੀ ਸਥਿਤੀ ਤੁਹਾਡੇ 'ਤੇ ਆਉਂਦੀ ਹੈ, ਕੋਈ ਕੁਛ ਵੀ ਹੁੰਦਾ ਹੈ, ਸੱਚ ਬੋਲੋ। ਅਤੇ ਮੈਂ ਆਪਣੇ ਸ਼ੇਅਰਾਂ ਦੇ ਵਿੱਚ ਸੱਚ ਲਿਖਣ ਦੀ ਕੋਸ਼ਿਸ਼ ਕਰਦੀ ਹਾਂ, ਕਿਉਂਕਿ ਸੱਚ ਬੋਲਣ ਦੇ ਨਾਲ ਮੈਨੂੰ ਤਾਂ ਅੱਜ ਤੱਕ ਨਾ ਮੇਰੇ 'ਤੇ ਕੋਈ ਤਲਵਾਰ ਵਰੀ ਹੈ ਤਾਂ ਨਾ ਵਰੂਗੀ, ਇਸ ਲਈ ਮੈਂ ਹਮੇਸ਼ਾ ਸੱਚ ਬੋਲਦੀ ਰਹੂੰਗੀ। ਆਪਾਂ ਦੇਖਦੇ ਹਾਂ ਵੀ ਪੰਜਾਬੀ ਜਿਹੜੀ ਸਭ ਤੋਂ ਔਖੀ ਵਿਧਾ ਹੈ ਉਹ ਗਜ਼ਲ ਹੈ, ਅਤੇ ਤੁਸੀਂ ਸਭ ਤੋਂ ਔਖੀ ਵਿਧਾ ਚੁਣੀ, ਇਹਦਾ ਕੀ ਕਾਰਨ? ਇਹ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਮੈਂ 16-17 ਸਾਲਾਂ ਦੀ ਸੀ ਉਦੋਂ, ਮੈਂ ਗੀਤ ਕਵਿਤਾਵਾਂ ਲਿਖ ਲਿਖ ਸੁੱਟੀ ਜਾਂਦੀ ਸੀ ਕੁਛ ਨਾ ਕੁਛ, ਪਰ ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਲਿਖ ਰਹੀ ਹਾਂ। ਪਰ ਮੈਨੂੰ ਜਦੋਂ ਮੇਰੇ ਗੁਰੂ ਜੀ ਉਸਤਾਦ ਸਰਦਾਰ ਪੰਛੀ ਹੋਣੀ ਮਿਲੇ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੂੰ ਗਜ਼ਲ ਬਹੁਤ ਵਧੀਆ ਲਿਖ ਸਕਦੀ ਹਾਂ,
ਤੇ ਉਸ ਤੋਂ ਬਾਅਦ ਮੈਂ ਗਜ਼ਲ ਦੀ ਵਿਧਾ ਜਿਹੜੀ ਆ ਵੱਖ ਵੱਖ ਕਿਤਾਬਾਂ ਵੀ ਪੜ੍ਹੀਆਂ ਅਤੇ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਕੋਈ ਗਜ਼ਲ ਲਿਖਦੀ ਹਾਂ। ਮਤਲਬ ਤੁਹਾਥੋਂ ਪਹਿਲਾਂ ਪੰਛੀ ਹੋਰਾਂ ਨੂੰ ਇਹ ਮਹਿਸੂਸ ਹੋਇਆ ਤੁਹਾਡੀ ਲਿਖਤ ਪੜ੍ਹ ਕੇ ਕਿ ਤੁਸੀਂ ਫਿਰ ਉਹਨਾਂ ਨੂੰ ਉਸਤਾਦ ਧਾਰਿਆ ਜਾਂ ਕਹੀਏ ਵੀ ਉਹਨਾਂ ਤੋਂ ਸਲਾਹ ਲਈ। ਸਲਾਹ ਲੈਣ ਦਾ ਮਤਲਬ ਹੈ ਵੀ ਤੁਸੀਂ ਉਹਨਾਂ ਤੋਂ ਇਹਦੇ ਗੁਰ ਸਿੱਖੇ, ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਪੰਜਾਬੀ 'ਚ ਬਹੁਤ ਸਾਰੀ ਖੁੱਲ੍ਹੀ ਕਵਿਤਾ ਲਿਖੀ ਜਾ ਰਹੀ ਹੈ ਅਤੇ ਉਹਦੇ 'ਚੋਂ ਬਹੁਤੀ ਦਾ ਮਕਸਦ ਵੀ ਕੋਈ ਨਹੀਂ ਅਤੇ ਨਾ ਹੀ ਬਹੁਤਿਆਂ ਨੂੰ ਸਮਝ ਆਉਂਦੀ ਹੈ ਅਤੇ ਬਹੁਤ ਸਾਰੀ ਕਵਿਤਾ ਜਿਹੜੀ ਉਹ ਵਾਰਤਕ ਦੇ ਟੋਟੇ ਨੇ ਅਤੇ ਤੁਸੀਂ ਜਦੋਂ ਲਿਖਦੇ ਹੈ ਅਤੇ ਉਹਦੇ 'ਚ ਇਹਦਾ ਮਤਲਬ ਹੈ ਤੁਸੀਂ ਅਰੂਜ਼ ਪਿੰਗਲ ਇਹ ਸਾਰੇ ਜਿਹੜੇ ਗਜ਼ਲ ਨਾਲ ਸੰਬੰਧਿਤ ਗਜ਼ ਨੇ ਉਹਨਾਂ ਬਾਰੇ ਸਿੱਖਿਆ। ਇਹਦੇ ਬਾਰੇ ਉਸਤਾਦ ਕਿੰਨੀ ਕੁ ਮਦਦ ਕਰ ਸਕਦੇ? ਬਹੁਤ ਮਦਦ ਕਰਦੇ ਨੇ, ਉਹਨਾਂ ਨੇ ਮੈਨੂੰ ਕਈ ਕਿਤਾਬਾਂ ਵੀ ਲੱਭ ਕੇ ਦਿੱਤੀਆਂ। ਉੱਦਾਂ ਵੀ ਕੋਈ ਵੀ ਮੈਂ ਚੀਜ਼ ਛਾਪਣੀ ਹੈ ਪਹਿਲਾਂ ਉਹਨਾਂ ਦੀ ਨਜ਼ਰ ਦੇ ਵਿੱਚੋਂ ਹੋ ਕੇ ਜਾਂਦੀ ਹੈ, ਕੋਈ ਗਲਤੀ ਹੈ ਉਹ ਮੈਨੂੰ ਲਿਖ ਕੇ ਦੱਸਦੇ ਆ, ਜਾਂ ਚਿੱਠੀਆਂ ਰਾਹੀਂ ਵੀ ਮੈਨੂੰ ਦੱਸਦੇ ਰਹੇ, ਫੋਨ 'ਤੇ ਮੈਨੂੰ ਦੱਸਦੇ ਰਹੇ ਆ, ਮੈਂ ਉਹਨਾਂ ਦੇ ਨਾਲ ਸਮਾਂ ਵੀ ਕਾਫੀ ਗੁਜ਼ਾਰਿਆ, ਮੈਨੂੰ ਦੱਸਦੇ ਰਹੇ ਆ ਕਿ ਇਹ ਜਿਹੜੀ ਗਲਤੀ ਇਹ ਨਹੀਂ ਹੋਣੀ ਚਾਹੀਦੀ, ਇਹ ਆਪਣੀ ਮਨਜ਼ੂਰ ਨਹੀਂ ਆ ਗਜ਼ਲ ਦੇ ਵਿੱਚ ਇਹ ਗਲਤੀ। ਅਤੇ ਬਾਕੀ ਜਿਹੜੀ ਅਸੀਂ ਖੁੱਲ੍ਹੀ ਕਵਿਤਾ ਲਿਖ ਰਹੇ ਹਾਂ ਉਹ ਮੇਰੇ ਉਸਤਾਦ ਨੂੰ ਪਸੰਦ ਨਹੀਂ। ਮੈਂ ਇੱਕ ਦੋ ਲਿਖੀਆਂ ਸੀ ਅਤੇ ਉਹਨਾਂ ਨੇ ਨਕਾਰ ਦਿੱਤੀਆਂ, ਉਹ ਕਹਿੰਦੇ ਨਹੀਂ ਇਹ ਇਹ ਕੋਈ ਕਵਿਤਾ ਨਹੀਂ ਹੈ। ਤੁਹਾਨੂੰ ਖੁੱਲ੍ਹੀ ਕਵਿਤਾ ਪਸੰਦ ਹੈ? ਨਹੀਂ, ਮੈਂ ਸੋਚਦੀ ਹਾਂ ਜਿਹੜੀ ਚੀਜ਼ ਨਹੀਂ ਗਾਈ ਜਾ ਸਕਦੀ ਮੈਂ ਉਹ ਨਹੀਂ ਲਿਖ ਸਕਦੀ। ਨਹੀਂ, ਖੁੱਲ੍ਹੀ ਕਵਿਤਾ ਗਾਈ ਤਾਂ ਨਹੀਂ ਜਾ ਸਕਦੀ, ਪਰ ਖੁੱਲ੍ਹੀ ਕਵਿਤਾ 'ਚ ਵੀ ਲੈਅ ਵੀ ਹੁੰਦੀ ਹੈ ਅਤੇ ਲੈਅ ਵਾਲੀ ਖੁੱਲ੍ਹੀ ਕਵਿਤਾ ਜਿਵੇਂ ਆਪਾਂ ਦੇਖਦੇ ਸਾਰੇ ਕਿ ਪ੍ਰੋਫੈਸਰ ਪੂਰਨ ਸਿੰਘ ਤੋਂ ਸ਼ੁਰੂ ਹੁੰਦੀ ਹੈ ਖੁੱਲ੍ਹੀ ਕਵਿਤਾ, ਪਰ ਹਰ ਬੰਦਾ ਸਾਡਾ ਪ੍ਰੋਫੈਸਰ ਪੂਰਨ ਸਿੰਘ ਤਾਂ ਨਹੀਂ ਨਾ, ਅਤੇ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਅਤੇ ਅੱਜ ਦੀ ਕਵਿਤਾ ਨੂੰ ਅਸੀਂ ਸਮਿੜਦੇ ਨਹੀਂ, ਨਾ ਇਹਨੂੰ ਸਮਿੜਨਾ ਚਾਹੀਦਾ। ਜਦੋਂ ਅਸੀਂ ਦੇਖਦੇ ਹਾਂ ਫਿਰ ਉਦੋਂ ਮਨ 'ਚ ਕਿਆ ਉੱਠਦਾ ਵੀ ਇਹ ਬੰਦਾ ਐਵੇਂ ਹੀ ਲਿਖ ਰਿਹਾ? ਮੈਨੂੰ ਪਸੰਦ ਹੈ, ਜਦੋਂ ਮੈਂ ਪੜ੍ਹਦੀ ਹੁੰਦੀ ਸੀ ਪ੍ਰੋਫੈਸਰ ਪੂਰਨ ਸਿੰਘ ਹੁਣਾਂ ਦੀਆਂ ਕਵਿਤਾਵਾਂ, ਅਤੇ ਮੈਨੂੰ ਚੰਗੀਆਂ ਲੱਗਦੀਆਂ ਸੀ ਜਿਹੜੀਆਂ ਤੁਹਾਨੂੰ ਆਪਣੇ ਨਾਲ ਹੀ ਵਹਾ ਲੈਂਦੀਆਂ ਵਾ, ਲਹਿ ਦੇ ਵਿੱਚ ਲੈ ਜਾਂਦੀਆਂ। ਪਰ ਅੱਜ ਕੱਲ੍ਹ ਮੈਂ ਕਈ ਵਾਰੀ ਪੜ੍ਹਦੀ ਹਾਂ ਜਿਹੜੀਆਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ, ਜਿਹੜੀ ਵਾਰਤਕ ਵਰਗੀਆਂ ਲੱਗਦੀਆਂ ਨੇ, ਮੈਨੂੰ ਪਸੰਦ ਨਹੀਂ ਖੁੱਲ੍ਹੀ ਕਵਿਤਾਵਾਂ। ਮੈਂ ਕਈ ਵਾਰੀ ਲਿਖਣ ਦੀ ਵੀ ਕੋਸ਼ਿਸ਼ ਕਰਦੀ ਹਾਂ ਪਰ ਮੇਰਾ ਝੁਕਾਅ ਜ਼ਿਆਦਾ ਗੀਤ ਜਾਂ ਗਜ਼ਲ ਵੱਲ ਹੁੰਦਾ ਹੈ। ਅੱਛਾ, ਇਹਦੇ 'ਚ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀ ਕਵਿਤਾ ਲਿਖਣੀ ਸ਼ੁਰੂ ਕਰਦਾ ਕੋਈ ਵੀ ਕਵੀ ਉਹ ਪਿਆਰ ਕਵਿਤਾ ਲਿਖਦਾ, ਪਿਆਰ ਦੀ ਕਵਿਤਾ ਲਿਖਣੀ ਕਿੰਨੀ ਕੁ ਔਖੀ ਆ, ਪਿਆਰ ਜਿੰਨੀ ਜਾਂ ਪਿਆਰ ਤੋਂ ਅਲੱਗ ਹੈ? ਜਦੋਂ ਮੇਰਾ ਆਪਣਾ ਐਕਸਪੀਰੀਅੰਸ ਆ, ਜਦੋਂ ਮੈਂ ਬਹੁਤ ਛੋਟੀ ਸੀ ਮੈਨੂੰ ਕੋਈ ਚੰਗਾ ਲੱਗਣਾ ਜਾਂ ਅਸੀਂ ਕੋਈ ਚੀਜ਼ ਚੰਗੀ ਲੱਗਣੀ ਅਸੀਂ ਉਹਨੂੰ ਹਾਸਲ ਨਹੀਂ ਕਰ ਸਕਣਾ, ਅਤੇ ਉੱਥੋਂ ਜਿਹੜੀ ਉਹ ਕਵਿਤਾ ਜਿਹੜੀ ਉਪਜਦੀ ਸੀ। ਮੈਨੂੰ ਲੱਗਦਾ ਪਿਆਰ 'ਤੇ ਕਵਿਤਾ ਲਿਖਣਾ ਜਿਹੜਾ ਉਹ ਔਖੀ ਹੈ ਅਸਲੀ ਪਿਆਰ ਦੇ ਨਾਲ, ਅਤੇ ਕਿਉਂਕਿ ਇਹਦੇ 'ਚ ਲਿਖਣ ਦੇ ਵਿੱਚ ਤੁਹਾਨੂੰ ਉਹ ਅਹਿਸਾਸ ਵੀ ਹੋਣਾ ਚਾਹੀਦਾ ਹੈ ਜੋ ਅਸੀਂ ਲਿਖਣਾ ਹੈ, ਪਿਆਰ 'ਚ ਜੋ ਟੁੱਟ ਭੱਜ ਹੋਈ ਹੈ, ਜੋ ਤੁਹਾਡੇ ਦਿਲ ਦੀ ਟੁੱਟ ਭੱਜ ਹੋਈ ਹੈ, ਜੋ ਤੁਹਾਨੂੰ ਮੁਸ਼ਕਲਾਂ ਆਈਆਂ ਉਹਨਾਂ ਦਾ ਤੁਹਾਨੂੰ ਅਹਿਸਾਸ ਹੋਣਾ ਚਾਹੀਦਾ, ਮੈਨੂੰ ਲੱਗਦਾ ਤੁਸੀਂ ਤਾਂ ਹੀ ਉਹ ਕਵਿਤਾ ਲਿਖ ਸਕਦੇ। ਅਹਿਸਾਸ ਤਾਂ ਹਰ ਕਿਸੇ ਕੋਲ ਆ, ਪਰ ਅਹਿਸਾਸ ਨੂੰ ਕਲਪਨਾ ਨਾਲ ਲੜਾ ਕੇ ਉਹਨੂੰ ਸ਼ਬਦੀ ਰੂਪ ਦੇਣਾ ਇਹ ਸ਼ਾਇਦ ਹਰ ਕਿਸੇ ਕੋਲ ਨਹੀਂ। ਇਹਨੂੰ ਤੁਸੀਂ ਕਿੰਨਾ ਕੁ ਔਖਾ ਹੋ ਕੇ ਜਦੋਂ ਸ਼ੁਰੂ ਕੀਤਾ ਲਿਖਣ, ਤਾਂ ਲਿਖਣ ਵੇਲੇ ਲਿਖਣ ਦੇ ਸ਼ੁਰੂਆਤ ਵੇਲੇ ਅਤੇ ਤੁਸੀਂ ਕਿੰਨੀ ਕੁ ਔਖ ਮਹਿਸੂਸ ਕੀਤੀ ਕਿ ਮੈਂ ਇਹ ਐਵੇਂ ਮਤਲਬ ਔਖਾ ਕੰਮ ਸ਼ੁਰੂ ਕਰ ਲਿਆ? ਨਹੀਂ, ਮੈਨੂੰ ਔਖਾ ਨਹੀਂ ਲੱਗਾ। ਮੈਂ ਅੰਦਰ ਬਾਹਰ ਗੁਣਗੁਣਾਉਂਦੀ ਹੁੰਦੀ ਸੀ ਅਤੇ ਉਹ ਜਿਹੜਾ ਗੁਣਗੁਣਾਉਣਾ ਜਿਹੜਾ ਉਹੀ ਮੇਰੀ ਕਵਿਤਾ ਦੀ ਸਤਰ ਬਣ ਜਾਣੀ, ਅਤੇ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਉਹਦੇ ਸ਼ੇਅਰ ਲੱਭਣੇ ਸ਼ੁਰੂ ਕਰ ਦੇਣੇ, ਅਤੇ ਗੁਣਗੁਣਾਉਂਦਿਆਂ ਗੁਣਗੁਣਾਉਂਦਿਆਂ ਆਪਣੇ ਆਪ ਹੀ ਅਗਲੀ ਲਾਈਨ ਜਿਹੜੀ ਉਹ ਮੇਰੇ ਦਿਮਾਗ ਦੇ ਵਿੱਚ ਆ ਜਾਂਦੀ ਆ। ਇਸ ਲਈ ਮੈਂ ਸਗੋਂ ਉਹਨੂੰ ਮੈਂ ਆਨੰਦ ਮਾਣਦੀ ਸੀ ਉਹਨੂੰ ਲਿਖਣ ਨਾਲੋਂ, ਮੈਨੂੰ ਔਖਾ ਨਹੀਂ ਲੱਗਾ। ਇਹ ਮਤਲਬ ਆਪਣਾ ਹੰਡਾਇਆ ਸੱਚ ਜਦੋਂ ਲਿਖਿਆ ਜਾਂਦਾ ਹੈ ਉਹ ਤੁਹਾਡਾ ਨਹੀਂ ਫਿਰ ਰਹਿੰਦਾ, ਉਹ ਸਭ ਦਾ ਹੋ ਜਾਂਦਾ, ਅਤੇ ਉਸ ਸਭ ਨੂੰ ਜਦੋਂ ਤੁਸੀਂ ਲਿਖ ਕੇ ਲੋਕਾਂ ਨੂੰ ਪੇਸ਼ ਕੀਤਾ ਤੁਹਾਨੂੰ ਕਿੰਨਾ ਕੁ ਲੋਕਾਂ ਵੱਲੋਂ ਜਾਂ ਸ਼ਾਇਰਾਂ ਵੱਲੋਂ ਜਾਂ ਆਮ ਪਬਲਿਕ ਵੱਲੋਂ ਕਿੰਨਾ ਕੁ ਹੁੰਗਾਰਾ ਮਿਲਿਆ? ਮੈਨੂੰ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ, ਖਾਸ ਕਰਕੇ ਜਦੋਂ ਮੇਰੀ ਪਹਿਲੀ ਕਿਤਾਬ ਜਿਹੜੀ ਤੁਰੇਲ ਜਿਹੇ ਮੋਤੀ ਛਪੀ ਹੈ, ਆਪਣੇ ਪੰਜਾਬੀ ਸੱਥ ਹੋਣਾ ਨੇ ਇਹਨਾਂ ਨੇ ਛਾਪੀ ਹੈ, ਅਤੇ ਦੂਰ ਦੂਰ ਤੱਕ ਇਹਨਾਂ ਨੇ ਕਿਤਾਬ ਮੇਰੀ ਪਹੁੰਚਾਈ ਹੈ, ਅਤੇ ਲੋਕਾਂ ਦੇ ਮੈਨੂੰ ਫੋਨ ਚਿੱਠੀਆਂ ਜਿਹੜੀ ਕਿ ਮੇਰੀ ਦੂਜੀ ਕਿਤਾਬ ਦਿਲ ਕਰੇ ਤਾਂ ਖੱਤ ਲਿਖੀ ਉਹ ਸਬੂਤ ਹੈ ਉਹਨਾਂ ਚਿੱਠੀਆਂ ਦਾ, ਮੈਂ ਸਾਰੀਆਂ ਉਹ ਚਿੱਠੀਆਂ ਇਕੱਠੀਆਂ ਕਰਕੇ ਉਹ ਕਿਤਾਬ ਜਿਹੜੀ ਉਹ ਛਾਪੀ ਆ,
ਉਹਦੇ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੇ ਕਿੰਨਾ ਮੈਨੂੰ ਹੁੰਗਾਰਾ ਦਿੱਤਾ ਹੈ, ਕਿੰਨਾ ਰਿਸਪੌਂਸ ਦਿੱਤਾ ਹੈ। ਪਰ ਬੜੇ ਲੋਕਾਂ ਨੇ ਇਹ ਵੀ ਪੁੱਛਿਆ ਹੈ ਕਿ ਤੁਸੀਂ ਆਪਣੇ ਪਰਦੇਸ 'ਤੇ ਕਿਉਂ ਕਵਿਤਾਵਾਂ ਲਿਖੀਆਂ ਜਾਂ ਵਿਛੋੜੇ 'ਤੇ ਕਿਉਂ ਲਿਖੀਆਂ ਹੋਈਆਂ। ਅਤੇ ਮੈਨੂੰ ਇੱਦਾਂ ਮਹਿਸੂਸ ਹੁੰਦਾ ਸੀ ਜਿੱਦਾਂ ਜਦੋਂ ਮੈਂ ਭਾਰਤ ਵਿੱਚ ਰਹਿੰਦੀ ਸੀ, ਜਿੱਦਾਂ ਮੇਰਾ ਕੋਈ ਪਰਦੇਸ ਹੋਵੇ, ਜਦ ਮੈਨੂੰ ਕੋਈ ਛੱਡ ਕੇ ਤੁਰ ਗਿਆ ਹੋਵੇ। ਪਰ ਗੁਰਬਾਣੀ ਕਹਿੰਦੀ ਹੈ ਪਰਦੇਸ ਹੁੰਦਾ ਹੀ ਨਹੀਂ, ਹਰ ਥਾਂ ਜਿੱਥੇ ਅਸੀਂ ਆਪਣੇ ਵੱਸਦੇ ਹਾਂ ਉਹ ਸਾਡਾ ਦੇਸ਼ ਹੀ ਹੈ। ਪਤਾ ਨਹੀਂ ਮੈਨੂੰ, ਮੈਨੂੰ ਤਾਂ ਆਸਟ੍ਰੇਲੀਆ ਅਜੇ ਵੀ ਪਰਦੇਸ ਲੱਗਦਾ ਹੈ। ਅਤੇ ਪਰਦੇਸ ਪਿਆਰਾ ਵੀ ਲੱਗਦਾ? ਹਾਂਜੀ ਪਿਆਰਾ ਵੀ ਲੱਗਦਾ, ਉੱਥੇ ਕੁਛ ਆਪਣੇ ਪਿਆਰੇ ਵੀ ਨੇ। ਹਾਂ, ਇਹੀ ਗੱਲ ਜਿਹੜੀ ਅਸੀਂ ਚਾਹੁੰਦੇ ਹਾਂ ਵੀ ਪ੍ਰਵਾਸੀ ਸਾਹਿਤ ਅਤੇ ਪੰਜਾਬੀ ਸਾਹਿਤ ਇਹ ਕੋਈ ਦੋ ਨਹੀਂ, ਇੱਕ ਹੀ ਹੈ। ਕਿਉਂਕਿ ਬੰਦਾ ਜਦੋਂ ਜੜ੍ਹਾਂ ਤੋਂ ਉੱਠ ਕੇ ਕਿਧਰੇ ਬੈਠਾ ਹੈ, ਉਹਨੇ ਉੱਥੇ ਜੋ ਹੰਡਾਇਆ, ਜੋ ਅਪਣਾਇਆ, ਜੋ ਉਹ ਜੀ ਰਿਹਾ ਹੈ ਜਾਂ ਉਹ ਆਪਣਾ ਭਵਿੱਖ ਦੇਖਦਾ, ਉਹਦੇ ਬਾਰੇ ਉਹ ਸਾਹਿਤ ਚਿੱਤਰਦਾ। ਉਹ ਕਿਸੇ ਵਿਧਾ 'ਚ ਹੋਵੇ, ਕਲਾ ਦੀ ਕੋਈ ਵੀ ਰੂਪ ਉਹ ਆਪਣਾ ਅਪਣਾ ਸਕਦਾ ਹੈ। ਭਾਵੇਂ ਕੋਈ ਪੇਂਟਿੰਗ ਕਰੇ, ਚਿੱਤਰਕਾਰੀ ਕਰੇ, ਭਾਵੇਂ ਕੋਈ ਗੀਤ ਲਿਖੇ ਜਾਂ ਕਵਿਤਾ ਲਿਖੇ। ਇੱਕ ਗੱਲ ਦੱਸੋ ਵੀ ਗਜ਼ਲ ਜਿਹੜੀ ਹੈ ਨਾ ਪੰਜਾਬੀ 'ਚ, ਇੱਕ ਐਸੀ ਵਿਧਾ ਹੈ ਜਿਹੜੀ ਬਹੁਤ ਥਾਵੀਂ ਅਨੁਵਾਦ ਨਹੀਂ ਹੋ ਸਕਦੀ। ਕਦੇ ਇਹ ਵੀ ਸੋਚਿਆ ਵੀ ਜੇ ਅਨੁਵਾਦ ਹੀ ਨਾ ਹੋਈ ਦੂਜੇ ਲੋਕਾਂ ਕੋਲ ਕਿਵੇਂ ਜਾਊਗੀ? ਜੇ ਆਪਾਂ ਸੋਚੀਏ ਵੀ ਆਪਾਂ ਦੂਜੇ ਲੋਕਾਂ ਨਾਲ ਵੀ ਇਹਦੀ ਸਾਂਝ ਪਾਉਣੀ। ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ, ਮੈਂ ਆਪਣੇ ਵਾਸਤੇ ਸ਼ੁਰੂ ਕੀਤਾ ਸੀ, ਮੈਨੂੰ ਸਕੂਨ ਮਿਲਦਾ ਸੀ ਉਸ ਲਿਖਤ ਦੇ ਨਾਲ, ਅਤੇ ਗਜ਼ਲ ਲਿਖਣ ਦੇ ਨਾਲ ਮੈਨੂੰ ਇੰਨਾ ਸਕੂਨ ਮਿਲਦਾ ਹੈ। ਮੈਂ ਬਾਅਦ ਵਿੱਚ ਕੋਈ ਨਤੀਜਾ ਜਾਂ ਕਿਸੇ ਚੀਜ਼ ਬਾਰੇ ਨਹੀਂ ਸੋਚਿਆ ਕਦੀ ਵੀ ਕਿ ਜਾਂ ਇਹਦਾ ਅਨੁਵਾਦ ਨਹੀਂ ਹੋਊਗਾ ਜਾਂ ਕਿੱਦਾਂ ਹੋਊਗਾ, ਇਹ ਪਤਾ ਨਹੀਂ। ਹੋ ਸਕਦਾ ਹੈ ਕੁਛ ਕਿਤਾਬ ਦੇ ਬਾਰੇ ਜੋ ਲਿਖਿਆ ਗਿਆ ਉਹਦਾ ਅਨੁਵਾਦ ਹੋ ਸਕਦਾ ਹੈ, ਅਤੇ ਪਰ ਜੇ ਅਨੁਵਾਦ ਨਹੀਂ ਹੋ ਸਕਦਾ ਇਹਦਾ ਇਹ ਮਤਲਬ ਨਹੀਂ ਕਿ ਮੈਂ ਇਸ ਵਿਧਾ ਤੋਂ ਦੂਰ ਹੋਵਾਂਗੀ। ਇਹ ਤਾਂ ਇੱਕ ਮੇਕਾ ਸੀ, ਮੈਂ ਇਹੀ ਸੋਚਦਾ ਨਾ, ਕਿਉਂਕਿ ਇਹ ਲਿਖੀ ਤਾਂ ਪੰਜਾਬੀ ਪਾਠਕਾਂ ਲਈ ਗਈ ਹੈ, ਅਨੁਵਾਦ ਦੀ ਗੱਲ ਤਾਂ ਬਾਅਦ 'ਚ ਆਉਂਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਵਿਦਵਾਨ ਸਾਡੇ ਪੰਜਾਬੀ ਸਾਹਿਤ ਅਤੇ ਪ੍ਰਵਾਸੀ ਪੰਜਾਬੀ ਸਾਹਿਤ ਨੂੰ ਦੋ ਕਰਕੇ ਦੇਖਦੇ ਆ, ਉਹਨਾਂ ਬਾਰੇ ਤੁਹਾਡੀ ਕੀ ਰਾਏ? ਨਹੀਂ, ਮੈਨੂੰ ਤਾਂ ਦੋਵੇਂ ਸਾਹਿਤ ਇੱਕੋ ਹੀ ਲੱਗਦੇ ਨੇ। ਉਹ ਤਾਂ ਵੱਖਰੀ ਗੱਲ ਹੈ ਕਿ ਅਸੀਂ ਕਿੱਥੇ ਰਹਿ ਰਹੇ ਹਾਂ। ਜਿੱਥੇ ਅਸੀਂ ਰਹਿ ਰਹੇ ਹਾਂ ਸਾਨੂੰ ਦੁੱਖ, ਤਕਲੀਫਾਂ, ਸੁੱਖ ਜਿਹੜੇ ਆ ਉਸ ਕਿੱਤੇ ਦੇ ਆਧਾਰ 'ਤੇ ਸਾਨੂੰ ਮਿਲਣੇ ਨੇ, ਅਤੇ ਸਾਡੀਆਂ ਜਿਹੜੀਆਂ ਕਵਿਤਾਵਾਂ, ਜਿਹੜੀਆਂ ਲਿਖਤਾਵਾਂ ਉਹ ਉਹਨੂੰ ਰਿਫਲੈਕਟ ਕਰਦੀਆਂ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਕੋਈ ਇਹਦੇ 'ਚ ਸਾਨੂੰ ਕੋਈ ਵੱਖਰਾ ਪਣ ਬਣਾਉਣਾ ਚਾਹੀਦਾ ਕਿ ਆਹ ਪ੍ਰਵਾਸ ਦਾ ਸਾਹਿਤ ਆ ਜਾਂ ਆਹ ਆਪਣਾ ਦੇਸੀ ਸਾਹਿਤ ਆ। ਨਹੀਂ ਨਹੀਂ, ਇਹ ਪੰਜਾਬੀ ਸਾਹਿਤ ਦਾ ਹੀ ਹਿੱਸਾ ਹੈ। ਹਾਂਜੀ, ਇਹ ਪੰਜਾਬੀ ਸਾਹਿਤ ਦਾ ਹਿੱਸਾ ਹੈ ਅਤੇ ਇਹਨੂੰ ਪੰਜਾਬੀ ਸਾਹਿਤ ਹੀ ਕਿਹਾ ਜਾਣਾ ਚਾਹੀਦਾ। ਠੀਕ ਹੈ, ਅਸੀਂ ਇਹ ਜ਼ੋਰ ਦੇ ਕੇ ਹਮੇਸ਼ਾ ਹੀ ਕਹਿੰਦੇ ਹਾਂ ਕਿ ਪ੍ਰਵਾਸੀ ਸਾਹਿਤ ਕੋਈ ਵੱਖਰੀ ਵਿਧਾ ਨਹੀਂ, ਕੋਈ ਵੱਖਰੀ ਕਿਸਮ ਨਹੀਂ, ਇਹ ਪੰਜਾਬੀ ਬੰਦੇ ਵੱਲੋਂ ਲਿਖਿਆ ਪੰਜਾਬੀ ਜ਼ੁਬਾਨ ਦਾ ਸਾਹਿਤ ਹੈ, ਭਾਵੇਂ ਉਹ ਕਿੱਥੇ ਰਹਿ ਕੇ ਲਿਖਿਆ ਗਿਆ ਹੈ। ਹੁਣ ਜਦੋਂ ਅਸੀਂ ਦੇਖਦੇ ਹਾਂ, ਤੁਹਾਡਾ ਇੱਕ ਸ਼ਾਇਰ ਹੈ ਵੀ ਆਪਾਂ ਔਰਤ ਦੀ ਸਥਿਤੀ ਜਿਹੜੀ ਸਾਡੇ ਸਮਾਜ 'ਚ ਹੈ ਉਹ ਕੋਈ ਬਹੁਤ ਚੰਗੀ ਕਹੀਏ ਵੀ ਹੈ ਨਹੀਂ, ਕਿਉਂਕਿ ਸਾਡੇ ਪੜ੍ਹੇ ਲਿਖੇ ਲੋਕ ਵੀ ਉਹਨੂੰ ਸਮਝਣ ਤੋਂ ਅਜੇ ਤੱਕ ਕਹੀਏ ਵੀ ਅਸਮਰਥ ਨੇ। ਤੁਹਾਡਾ ਇੱਕ ਸ਼ੇਅਰ ਹੈ ਨਾ, ਮੈਂ ਨਾ ਆਪਣੇ ਹੀ ਰਹੇ ਆਪਣੇ ਬਗਾਨੇ ਤਾਂ ਬਗਾਨੇ ਨੇ, ਨਾ ਆਪਣੇ ਹੀ ਰਹੇ ਆਪਣੇ ਬਗਾਨੇ ਤਾਂ ਬਗਾਨੇ ਨੇ, ਮੈਂ ਪੇਕੇ ਵੀ ਪਰਾਈ ਸੀ ਅਤੇ ਸਹੁਰੇ ਵੀ ਪਰਾਈ ਸੀ। ਜਿਵੇਂ ਇਹ ਸ਼ੇਅਰ ਇੱਦਾਂ ਦਾ ਨਹੀਂ ਜਿੱਦਾਂ ਦਾ ਪਾਤਰੋਂ ਨਹੀਂ ਆਪਣੀ ਇੱਕ ਕੈਦ 'ਚੋਂ ਦੂਜੀ ਕੈਦ 'ਚ ਪਹੁੰਚਣ ਦੀ ਗੱਲ ਕਰਦੇ ਆ। ਹਾਂਜੀ, ਇਸ ਤਰ੍ਹਾਂ ਹੀ ਹੈ ਇਹ ਸਾਡਾ। ਮੈਨੂੰ ਕਈ ਵਾਰੀ ਮਹਿਸੂਸ ਹੁੰਦਾ ਕਿ ਸਾਡਾ ਸਮਾਜ ਹੀ ਇਸ ਤਰੀਕੇ ਦਾ ਜਿਹੜਾ ਕਿ ਔਰਤ ਨੂੰ ਕਦੀ ਵੀ ਬਰਾਬਰ ਵਾਲੀ ਜਗ੍ਹਾ ਨਹੀਂ ਦੇ ਸਕਿਆ। ਮੈਂ ਆਪਣੇ ਬਾਰੇ ਗੱਲ ਕਰਨਾ ਚਾਹੁੰਦੀ, ਮੇਰੇ ਮਾਂ ਪਿਓ ਨੇ ਮੈਨੂੰ ਮੇਰੇ ਭਰਾ ਤੋਂ ਵੀ ਵੱਧ ਪਿਆਰ ਦਿੱਤਾ, ਉਹਨਾਂ ਨੇ ਉੱਚੀ ਸਿੱਖਿਆ ਦਿੱਤੀ ਹੈ, ਜੋ ਮੈਂ ਮੰਗਿਆ ਉਹਨਾਂ ਨੇ ਮੈਨੂੰ ਦਿੱਤਾ, ਮਤਲਬ ਕਦੀ ਮੈਨੂੰ ਨਾਂਹ ਨਹੀਂ ਕੀਤੀ ਜਾਂ ਜੋ ਮੈਂ ਚਾਹਿਆ ਉਹਨਾਂ ਨੇ ਕਰਨ ਦਿੱਤਾ। ਪਰ ਸਾਡਾ ਜਦੋਂ ਮੈਂ ਘਰ ਤੋਂ ਬਾਹਰ ਨਿਕਲਦੀ ਸੀ, ਸਮਾਜ ਉਹਨਾਂ ਚੀਜ਼ਾਂ ਨੂੰ ਮਨਜ਼ੂਰ ਨਹੀਂ ਸੀ ਕਰਦਾ। ਇਸ ਲਈ ਸਾਡਾ ਸਮਾਜ ਜਿਹੜਾ ਵਾ ਇਹਨੂੰ ਬਦਲਣਾ ਚਾਹੀਦਾ, ਅਤੇ ਮੈਨੂੰ ਉਮੀਦ ਹੈ ਨਵੀਆਂ ਪੀੜ੍ਹੀਆਂ ਤੋਂ, ਨਵੇਂ ਮੁੰਡਿਆਂ ਤੋਂ, ਨਵੀਆਂ ਕੁੜੀਆਂ ਤੋਂ ਕਿ ਸਮਾਜ ਦੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰਨ, ਕਿਉਂਕਿ ਘਰ ਤੋਂ ਸਾਨੂੰ ਆਜ਼ਾਦੀ ਮਿਲ ਵੀ ਜਾਵੇ, ਸਮਾਜ ਸਾਨੂੰ ਆਜ਼ਾਦੀ ਨਹੀਂ ਦਿੰਦਾ। ਇੱਥੇ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ, ਅਸੀਂ ਇੱਕ ਮਿੰਟ ਲਈ ਬ੍ਰੇਕ ਲੈਂਦੇ ਹਾਂ ਅਤੇ ਬਾਅਦ 'ਚ ਤੁਹਾਨੂੰ ਮਿਲਦੇ ਹਾਂ ਜੀ। ਬਾਦਸ਼ਾਹ ਰੈਸਟੋਰੈਂਟ। ਜੀ ਹਾਂ ਦੋਸਤੋ, ਸਰਦਾਰ ਸੁਖਦੇਵ ਸਿੰਘ ਜੋਸਨ ਵੱਲੋਂ ਆਪ ਦੀ ਸੇਵਾ ਵਿੱਚ ਜਰਮਨੀ ਦੇ ਸ਼ਹਿਰ ਹੈਮਬਰਗ ਵਿੱਚ ਬਾਦਸ਼ਾਹ ਇੰਡੀਅਨ ਰੈਸਟੋਰੈਂਟ
खोलिया गया है जिथे के हर तरह दियां मठियाईयां ताजे दुध नाल तैयार कीतियां हर समय मिल गियां। इत्थे मठियाईयां दे नाल नाल तुसी समोसे छोले भटूरे पकौड़े ते गर्मा गर्म जलेबियां अते होर भी इंडियन खाणियां दा स्वाद तुसी चख सकदे हो। जी हाँ, असी इस दे नाल नाल व्याह ते शादियां दे ऑर्डर भी बुक करदे हां। रेस्टोरेंट दा नाम ही बादशाह नहीं सगो मठियाईयां दा भी बादशाह ही है। इस ब्रेक तो बाद मीडिया पंजाब टीवी वालों फिर तुहाड़ा स्वागत है तुहानू जी आयां नू। ते गल चल रही है बीबी कुलजीत कौर गजल होरां दे नाल साहित बारे ते उनां दी लिखत बारे। असी हुण जानना चाहांगे जी कि साडे समाज दे अंदर ते साहित दे अंदर ना तां साडा समाज अजे पूरे तौर ते आधुनिक होया है पर साहित दे अंदर उत्तर आधुनिकता दी लहर चल रही है जिहनू पोस्ट मॉडर्निज्म कहिंदे आ। ये बारे तुम दसो भी जोड़ा समाज आधुनिक नहीं कि साहित उत्तर आधुनिकता से पूरा उतर सकता है? नहीं, मैं नहीं लगता क्योंकि साहित तो पहला एक दूजे के रेसीप्रोकल जे समाज बदलता तो साहित भी बदलता, जे साहित बदलता तो उसका प्रभाव जो समाज से भी होंगे। ये नहीं कि साहित में बदलाव आई जाता है तो समाज जो उत्थे ही खड़ा है, इसलिए मैं इस नाल सहमत नहीं हाँ। जे साहित दे विच अपने एडवांस है कुछ तो समाज दे विच भी होना चाहिए क्योंकि साडे विद्वानां ने जिहड़ी बाहरले मुल्कां च उत्तर आधुनिकता की लहर चली जदों उन्हां कोल किताबां आ गई तो उन्हें नकल करके ये तो साडे ते थोपता पे असी उत्तर आधुनिक हो गए हाँ, पर यह नहीं सोचिया पे असी होए साडा समाज कित्थे खड़ा। जिहड़े समाज के अंदर जिहड़ियां कदरां कीमतां इत्थे खड़ियां होण कि एक पैर गोहे च ते दूजा चंद ते ते उत्थे असी उत्तर आधुनिकता की वकालत नहीं कर सकते। इस गल ते तां असी चलो सहमत हैं क्योंकि पंजाबी समाज अगे तो वध रहा है पर इहदी तौर बहुत हौली है। जिवें आपां पहलां कहा ना कि औरत की जिहड़ी दशा है वह बदली नहीं, हालांकि हर स्टेज ते साडे बुलारे बड़ा संघ पाड़ के बाबे नानक दी तुक हमेशा ही तुसी भी वार एक स्टेज ते सुनोगे सो क्यों मंदा आखिए जित जमे राजान। फिर तुसी इस साहित नू ते बाबे नानक दी सिख्या नू किवें मिलोगे? जिहड़े कह रहे आ अपने अपना समाज एडवांस हो रहा, मैनू नहीं लगता। मैनू लगता कि असी जिहड़ियां बुरियां गल्लां उहनां नू अपना रहे हां, चंगीआं गल्लां नूं तां असीं इधर उधर ही लंघा रहे हां, जां किसे होर समाज दे नाल वी साडा वाह वास्ता पैंदा ते असीं उहदीआं चंगीआं गल्लां नहीं लैंदे, उहदीआं माड़ीआं गल्लां जिहड़ीआं उह अपना रहे हां। इस लई जिहड़ा मैनूं अपनी जिंदगी दे विच जिहड़ा बदलाव नज़र आउंदा वा उह बुरा हुंदा जांदा, उह कोई चंगा नहीं नज़र आउंदा। ठीक, हाँ जी। ये कुछ कारण भी होंगे कोई सियासी कोई राजसी कोई अपने जड़े समाजिक ने क्योंकि समाजिक लहर साढ़े मेरा ख्याल भी बहुत देर पहला उठी होगी। अजक समाजिक लहर नहीं उठदियाँ, राजसी लहर तो उठदिया सभ्याचारक लहर भी हैं। यदा की कारण है भी समाजिक लहर की अणहोंद है साढ़े समाज? ये अपना मैं समझती हाँ कि जड़िया राजनीतिक लहर क्योंकि राजनीतिक दे हथा दे साडा धन पूरा पैसा उन्होंने हत्थों के जो वह करे उ समाज के होना, जे समाज के बदलाव लिया राजनीतिक लिया सकते ने क्योंकि राजनीतिक लोगों ने सारा धन संभालिया हो जे आम लोग आ उन्होंने खाण का नहीं मिल खाण में नहीं मिलता, वह समाज लिए की सोचेंगे? देखो अज दौर है विश्वीकरण का, पंजाब ते पंजाबी ते हर गल ते विश्वीकरण का बहुत असर पै रहा, पर मैं समझदा भी जिवें दा वर्तारा चलिया है ये बस ये अपना विश्वीकरण भी नवबस्तीवाद बन गया है क्योंकि जिहड़ियां बड़ियां कंपनियां ने उन्हां नूं खुल मिल गई है भी तुसीं जाके लुट्टो। फिर ये विश्वीकरण जिहड़ा आ उह तां साडे पहलां ही हैगा ना भी सभ सांझी वाल सदाए कोई ना दिसे बाहर आ जीओ, जदों सारे सांझी वाल ने फिर लुट्ट ते आधारित समाज अजे भी कायम है। इहदे बारे इस विश्वीकरण बारे तुसीं की सोचदे? ए मैं सोचदी विश्वीकरण बेशक हो गया है पर जिहड़ा आम इंसान आ साडा आम भारतीय बंदा वा
ਉਹਦੀ ਜ਼ਬਾਨ ਸੀਤੀ ਹੋਈ ਹੈ, ਉਹਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਕੋਈ ਗੱਲ ਨਹੀਂ, ਅਸੀਂ ਕੰਪਿਊਟਰ ਰੱਖ ਲਏ ਆ, ਕਈ ਕਈ ਫੋਨ ਆ ਸਾਡੇ ਕੋਲ, ਪੂਰੀ ਟੈਕਨੋਲੋਜੀ ਆ ਸਾਡੇ ਕੋਲ। ਜਦੋਂ ਇੱਕ ਬੰਦੇ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ, ਉਹਦੀ ਆਵਾਜ਼ ਕਿਤੇ ਸੁਣੀ ਨਹੀਂ ਜਾਂਦੀ, ਕਿਸੇ ਦੇ ਕੰਨੀ ਪੈਂਦੀ ਆ, ਪੈਂਦੀ ਵੀ ਆ ਤੇ ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ, ਤੇ ਉਹ ਵਿਸ਼ਵੀਕਰਨ ਕੀ ਸਾਡੀ ਸਹਾਇਤਾ ਕਰੂਗਾ? ਮਤਲਬ ਤੁਹਾਡਾ ਮਤਲਬ ਹੈ ਵੀ ਜਿਹੜੇ ਬੱਸ ਚਲਾਉਣੇ ਆ ਡਰਾਈਵਰ, ਉਹ ਬਹਾਲ ਤੇ ਜਿਹਨਾਂ ਕੋਲ ਲਾਇਸੈਂਸ ਹੈ ਨਹੀਂ? ਹਾਂਜੀ। ਇਸ ਕਰਕੇ ਆਪਾਂ ਜਦੋਂ ਦੇਖਦੇ ਹਾਂ ਇਹ ਕਈ ਲੋਕ ਗਜ਼ਲ ਨੂੰ, ਮੈਂ ਤੁਹਾਡੀ ਕਿਤਾਬ 'ਚ ਵੀ ਪੜ੍ਹਿਆ, ਇੱਕ ਨੇ ਲਿਖਿਆ ਵੀ ਹਾਈਕੂ ਦਾ ਹੀ ਰੂਪ ਹੈ, ਹਾਲਾਂਕਿ ਹਾਈਕੂ ਨੂੰ ਸਾਡੇ ਗਜ਼ਲਕਾਰ ਬਹੁਤ ਨਹੀਂ ਜਾਣਦੇ। ਇਹ ਤਾਂ ਹੁਣ ਨਵਾਂ ਨਵਾਂ ਚੱਲਿਆ ਨਾ, ਵੀ ਜਪਾਨ ਤੋਂ ਆ ਗਿਆ ਪਰਮਿੰਦਰ ਸੋਢੀ ਨੇ ਕਰਤਾ, ਅਤੇ ਉਹ ਹਾਈਕੂ ਚੱਲ ਪਈ ਪੰਜਾਬੀ 'ਚ। ਇਹ ਪਤਾ ਨਹੀਂ ਕਿ ਕਦੋਂ ਤੱਕ ਇਹਦੀ ਵਿਧਾ ਬਣੂਗੀ ਵੀ ਪੰਜਾਬੀ 'ਚ ਰਾਜ ਹੈ। ਇਹ ਹਾਈਕੂ ਦਾ ਅਤੇ ਆਪਣੇ ਗਜ਼ਲ ਦਾ ਤੁਸੀਂ ਕਿਵੇਂ ਦੇਖਦੇ ਹੋ ਇਹਦਾ? ਮੈਨੂੰ ਹਾਈਕੋ ਬਾਰੇ ਤਾਂ ਇੰਨੀ ਸਮਝ ਨਹੀਂ ਹੈਗੀ, ਪਰ ਗਜ਼ਲ ਬਾਰੇ ਮੈਨੂੰ ਪਤਾ ਕਿ ਜਦੋਂ ਅਸੀਂ ਗਜ਼ਲ ਲਿਖਣੀ ਹੈ, ਬੜੇ ਧਿਆਨ ਦੇ ਨਾਲ, ਪੂਰੀ ਕੰਸਨਟ੍ਰੇਸ਼ਨ ਦੇ ਨਾਲ, ਸਾਡਾ ਦਿਮਾਗ, ਦਿਲ ਇੱਕ ਜਗ੍ਹਾ ਹੋਣਾ ਚਾਹੀਦਾ ਹੈ। ਹਾਂ, ਸ਼ਬਦਾਂ ਲਈ ਤਾਂ ਅਸੀਂ ਇੱਕ ਜਗ੍ਹਾ ਹੈਗੇ ਹਾਂ, ਉਹਦੇ ਨਾਲ ਨਾਲ ਸਾਨੂੰ ਪੂਰਾ ਮੀਟਰ ਨਾਪ ਦੇ ਵਿੱਚ ਵੀ ਲਿਖਣਾ ਪੈਂਦਾ। ਹਾਈਕੂ ਦੇ ਬਾਰੇ ਮੈਨੂੰ ਬਹੁਤੀ ਸਮਝ ਨਹੀਂ ਹੈਗੀ, ਕਿਉਂਕਿ ਹਾਈਕੂ ਤਾਂ 3 ਸਤਰਾਂ ਦੀ ਹੈ, 3 ਲਾਈਨਾਂ, ਅਤੇ ਗਜ਼ਲ ਦੇ ਕਿੰਨੇ ਸ਼ੇਰ ਨੇ, ਔਰ ਹਰ ਸ਼ੇਰ ਨੇ ਇੱਕ ਦੂਜੇ ਨਾਲ ਮਿਲ ਕੇ ਵੀ ਚੱਲਣਾ ਅਤੇ ਵੱਖ ਵੀ ਉਹਦੇ ਅਰਥ ਹੋ ਸਕਦੇ ਆ। ਅਤੇ ਆਪਣੇ ਸਰਦਾਰ ਪੰਛੀ ਹੋਣੀ ਇੱਕ ਗੱਲ ਇਹ ਵੀ ਕਹੀ ਹੈ ਗਜ਼ਲ ਬਾਰੇ ਵੀ ਗਜ਼ਲ ਬਹੁਤ ਹੀ ਸੌਖੀ ਵਿਧਾ, ਅਤੇ ਨਾਲ ਹੀ ਅਗਲੀ ਸਤਰ ਲਿਖੀ ਹੈ ਵੀ ਬਹੁਤ ਹੀ ਔਖੀ ਵਿਧਾ ਹੈ। ਇਹਨੂੰ ਥੋੜ੍ਹੀ ਜਿਹੀ ਸਰਲ ਕਰਕੇ ਦੱਸੋ। ਸੌਖੀ ਵਿਧਾ, ਮੈਂ ਜਦੋਂ ਮੈਂ ਨਵਾਂ ਲਿਖਣਾ ਸ਼ੁਰੂ ਕੀਤਾ ਸੀ, ਕਿਤਾਬਾਂ ਨਹੀਂ ਸੀ ਪੜ੍ਹੀਆਂ, ਮੈਨੂੰ ਕੋਈ ਨੌਲੇਜ ਨਹੀਂ ਸੀ ਇਹਦੇ ਬਾਰੇ, ਉਦੋਂ ਮੈਨੂੰ ਔਖੀ ਲੱਗਦੀ ਸੀ, ਪਰ ਹੁਣ ਮੈਨੂੰ ਕੋਈ ਮੁਸ਼ਕਲ ਨਹੀਂ ਆ। ਪਰ ਫਿਰ ਵੀ ਮੈਂ ਕਿਤਾਬਾਂ ਨੂੰ ਹਮੇਸ਼ਾ ਆਪਣੀ ਦੋਸਤ ਸਮਝਦੀ ਹਾਂ, ਮੈਨੂੰ ਕੋਈ ਮੁਸ਼ਕਲ ਆਉਂਦੀ ਹੈ ਮੈਂ ਕਿਤਾਬਾਂ ਦੇ ਵਿੱਚੋਂ ਲੱਭਦੀ ਹਾਂ, ਕਿਉਂਕਿ ਗਜ਼ਲ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਆਪਣੇ ਹਿਸਾਬ ਦੇ ਸਵਾਲ ਨੇ ਜਾਂ ਕੈਮਿਸਟਰੀ ਦੇ ਸਵਾਲ ਹੈ ਜਿਹੜੇ ਪੂਰੇ ਨਾਪ ਤੋਲ 'ਚ ਹੋਣੇ ਚਾਹੀਦੇ। ਕਈ ਵਾਰੀ ਫਾਰਮੂਲਾ ਦੇਖਣ ਲਈ ਸਾਨੂੰ ਕੋਈ ਕਿਤਾਬ ਜਿਹੜੀ ਆ ਉਹ ਦੇਖਣੀ ਪੈਂਦੀ ਆ। ਠੀਕ ਹੈ, ਗੁਣੀਆਂ 'ਚ ਹੋਣੀ ਚਾਹੀਦੀ ਹੈ, ਜਿਵੇਂ ਆਪਾਂ ਕਹਿੰਦੇ ਨਾ ਵੀ ਕੰਧ ਬਣਦੀ ਆ, ਮਿਸਤਰੀ ਵੀ ਉਹਨੂੰ ਗੁਣੀਆਂ 'ਚ ਰੱਖਦਾ ਹੈ, ਅਤੇ ਜਦੋਂ ਸ਼ਬਦਕਾਰ ਕੋਈ ਸ਼ਬਦਾਂ ਨੂੰ ਚਿਣਦਾ ਹੈ ਤਾਂ ਜ਼ਰੂਰੀ ਹੋਣਾ ਚਾਹੀਦਾ ਕੋਈ ਚਿਣੇਗਾ ਸ਼ਬਦ ਇੱਕੋ ਜਿਹਾ ਨਾਪ ਤੋਲਦੇ ਹੋਣ। ਅੱਛਾ, ਹੁਣ ਆਪਾਂ ਇਹ ਦੇਖਦੇ ਹਾਂ ਵੀ ਤੁਹਾਡੀ ਕਮਿਟਮੈਂਟ, ਤੁਹਾਡੀ ਕਵਿਤਾ ਦੀ ਜਿਹੜੀ ਪ੍ਰਤੀਬੱਧਤਾ ਹੈ, ਉਹ ਕਿਹਦੇ ਨਾਲ? ਕਵਿਤਾ ਪਹਿਲਾਂ ਤਾਂ ਜਦੋਂ ਮੈਂ ਛੋਟੀ ਸੀ ਉਦੋਂ ਤਾਂ ਪਿਆਰ ਮੁਹੱਬਤ ਜ਼ਿਆਦਾ ਲਿਖਦੀ ਸੀ। ਹੁਣ ਮੈਨੂੰ ਕਵਿਤਾ ਲਿਖਣ ਤੋਂ ਪਹਿਲਾਂ ਮੈਂ ਇਹ ਸੋਚਦੀ ਹੁੰਦੀ ਕਿ ਇਹ ਕਵਿਤਾ ਜਿਹੜੀ ਆ ਉਹ ਜੇ ਇਹਨੂੰ ਕੋਈ ਪੜ੍ਹੇਗਾ ਉਹ ਉਹਦੇ ਲਈ ਕੀ ਬਦਲਾਵ ਲਿਆਊਗੀ। ਇਸ ਲਈ ਮੈਂ ਜਿੱਦਾਂ ਅੱਜ ਕੱਲ੍ਹ ਨਵੇਂ ਸਮਾਜ ਦੇ ਵਿੱਚ ਆਇਆ ਨਾ ਕਿ ਤੁਸੀਂ ਜਿਹੜੀ ਚੀਜ਼ ਆ ਬੁਰਾਈ ਹੋ ਰਹੀ ਆ ਉਹਨੂੰ ਉਡੀਕੋ ਨਾ, ਬੁਰਾਈ ਨੂੰ ਪਹਿਲਾਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਕਿ ਬੁਰਾਈ ਜਿਹੜੀ ਆ ਉਹ ਆਵੇ ਹੀ ਨਾ। ਜਿਹੜੀ ਸਾਡੀ ਹੁਣ ਦੇ ਜਿਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਆਪਣੇ ਹਸਪਤਾਲਾਂ ਦੇ ਵਿੱਚ ਵੀ ਰੋਗ ਜਿਹੜਾ ਵਾ ਉਹਨੂੰ ਹੋਣ ਤੋਂ ਪਹਿਲਾਂ ਹੀ ਫੜ ਲਓ, ਉਹਨੂੰ ਰੋਕੋ ਨਾ, ਮਤਲਬ ਉਹਨੂੰ ਆਉਣ ਹੀ ਨਾ ਦਿਓ। ਅਤੇ ਇਹ ਹੁਣ ਪ੍ਰਥਾ ਜਿਹੜੀ ਚੱਲ ਪਈ ਹੈ, ਇਸ ਲਈ ਇਹ ਜਿਹੜੀ ਇਹ ਮੇਰੇ ਦਿਮਾਗ ਦੇ ਵਿੱਚ ਵੀ ਇੱਦਾਂ ਹੁੰਦਾ ਕਿ ਮੈਂ ਕੁਛ ਇੱਦਾਂ ਦਾ ਲਿਖਾਂ ਕਿ ਜਿਹੜਾ ਜਿਹੜੀ ਚੀਜ਼ ਸਾਨੂੰ ਕਰਨੀ ਚਾਹੀਦੀ ਆ, ਜਿਹੜੀ ਇਹ ਨਹੀਂ ਵੀ ਸੋਚਣੀ ਹਾਂ ਮੈਂ ਸੋਚ ਰਹੀ ਹਾਂ ਕਿ ਆਹ ਗਲਤ ਹੋ ਰਿਹਾ, ਨਹੀਂ ਕਰੋ ਉਹਨੂੰ ਕੀ ਕਰਨਾ, ਕੌਣ ਗਲਤ ਕਰ ਰਿਹਾ, ਠੀਕ ਹੈ ਉਹਨੂੰ ਸਵਾਲ ਕਰੋ, ਉਹਨੂੰ ਪੁੱਛੋ, ਦੁਨੀਆਂ ਨੂੰ ਦੱਸੋ ਕਿ ਇਹ ਗਲਤ ਕਰ ਰਿਹਾ। ਇਹਦਾ ਮਤਲਬ ਵੀ ਤੁਹਾਡੀ ਕਵਿਤਾ ਨੇ ਜਿਹੜੀ ਪਿਆਰ ਦੀ ਕਾਲਪਨਿਕ ਕਵਿਤਾ ਸੀਗੀ, ਉਹ ਤੋਂ ਸਮਾਜਿਕ ਸਰੋਕਾਰਾਂ ਤੱਕ ਸਫ਼ਰ ਕੀਤਾ, ਅਤੇ ਇਸ ਸਫ਼ਰ ਦਾ ਮਤਲਬ ਕੀ ਕਹੀਏ ਵੀ ਤੁਸੀਂ ਕਿਵੇਂ ਨਿਰਣਾ ਕਰਦੇ ਹੋ ਕਿ ਇਹ ਬੰਦਾ ਕਿਵੇਂ ਪ੍ਰਭਾਵਿਤ ਹੁੰਦਾ? ਦੁੱਖ ਤਾਂ ਆਪਣਾ ਹੈ, ਜਦੋਂ ਕਿ ਪ੍ਰੋਫੈਸਰ ਮੋਹਨ ਸਿੰਘ ਹੋਣੀ ਵੀ ਕਹਿੰਦੇ ਨਾ ਵੀ ਜਦ ਆਪਣਾ ਦੁੱਖ ਪਰਾਏ ਦਾ ਦੁੱਖ ਬਣ ਜਾਏ ਫਿਰ ਬੰਦਾ ਸਮਾਜ ਨੂੰ ਸਮਰਪਿਤ ਹੋ ਜਾਂਦਾ। ਇਹ ਸਮਾਜ ਨੂੰ ਸਮਰਪਿਤ ਹੋਣ ਦੀ ਭਾਵਨਾ ਇੱਕ ਲੇਖਕ ਦੇ ਅੰਦਰ ਕਦੋਂ ਜਾਗਦੀ? ਇਹ ਜਦੋਂ ਮੈਂ ਸੋਚਦੀ ਹਾਂ, ਮੈਂ ਆਪਣੇ ਆਪ ਨੂੰ ਲੈਂਦੀ ਹਾਂ, ਜਦੋਂ ਮੈਂ ਬੱਸਾਂ ਦੇ ਵਿੱਚ ਪੜ੍ਹਨ ਜਾਣਾ, ਸਕੂਲ ਜਾਣਾ, ਅਤੇ ਕਈ ਵਾਰੀ ਬੜਾ ਗਲਤ ਹੋਣਾ ਬੱਸਾਂ ਦੇ ਵਿੱਚ ਕੁੜੀਆਂ ਦੇ ਨਾਲ, ਜਾਂ ਕਈ ਵਾਰੀ ਮੈਂ ਘਰੇਲੂ ਲੜਾਈਆਂ ਵੇਖਣੀਆਂ, ਬੰਦੇ ਨੇ ਔਰਤ ਨੂੰ ਕੁੱਟਣਾ, ਜਾਂ ਰਸਤੇ 'ਚ ਜਾਂਦੇ ਆ ਮੁੰਡਿਆਂ ਨੇ ਕੁੜੀਆਂ ਨੂੰ ਛੇੜਨਾ, ਜਾਂ ਸਕੂਲ ਦੇ ਵਿੱਚ ਜਿਹੜੇ ਆਪਣੇ ਕਈਆਂ ਦੇ ਨਾਲ, ਜਿਹੜੇ ਆਪਣੇ ਛੋਟੀਆਂ ਜਾਤਾਂ ਵਾਲੇ ਉਹਨਾਂ ਦੇ ਨਾਲ ਗਲਤ ਵਿਵਹਾਰ ਵੀ ਮੈਂ ਦੇਖੇ ਆ। ਅਤੇ ਉਸ ਤੋਂ ਬਾਅਦ ਉਹ ਜਿਹੜੀ ਗੱਲ ਮੈਨੂੰ ਕਈ ਵਾਰੀ ਸੌਣ ਨਹੀਂ ਦਿੰਦੀ ਹੁੰਦੀ, ਅਤੇ ਉਹ ਗੱਲ ਜਿਹੜੀ ਆ ਉਹ ਵਿਵਹਾਰ ਜਿਹੜਾ ਉਹ ਮੇਰਾ ਆਪਣਾ ਬਣ ਜਾਂਦਾ ਕਿ ਉਹ ਮੇਰੇ ਨਾਲ ਹੋਇਆ।
ਤੇ ਇਸ ਲਈ ਉਹ ਪ੍ਰੇਰਿਤ ਕਰਦਾ ਮੈਨੂੰ ਲਿਖਣ ਲਈ ਕਿ ਮੈਨੂੰ ਕੁਛ ਲਿਖਣਾ ਚਾਹੀਦਾ। ਠੀਕ ਹੈ, ਦੇਖਦੇ ਤਾਂ ਸਾਰੇ ਹੀ ਸਮਾਜ 'ਚ ਜਦੋਂ ਵੀ ਕੋਈ ਬੱਸ ਜਾਂਦਾ ਹੈ, ਪਰ ਜਿਹੜਾ ਬੰਦਾ ਹੈ ਉਹਨੂੰ ਫੜ ਸਕਦਾ ਹੈ ਅਤੇ ਹਰ ਫੰਡ ਵਾਲਾ ਲਿਖ ਵੀ ਨਹੀਂ ਸਕਦਾ, ਕਿਉਂਕਿ ਲਿਖਣ ਲਈ ਬੰਦੇ ਦੇ ਅੰਦਰ ਕੁਛ ਨਾ ਕੁਛ ਕੁਦਰਤੀ ਤੌਰ 'ਤੇ ਅਤੇ ਦੂਜਾ ਉਹਦਾ ਆਪਣਾ ਖੱਟਿਆ ਚਾਹੀਦਾ। ਇਹੀ ਗੱਲ ਜਦੋਂ ਆਪਾਂ ਦੇਖਦੇ ਹਾਂ, ਤੁਸੀਂ ਕਹਿੰਦੇ ਵੀ ਸਮਾਜਿਕ ਸਰੋਕਾਰਾਂ ਦੀ, ਜਦੋਂ ਮੈਂ ਗੱਲ ਕਰਦਾ ਨਾ ਵੀ ਸਾਡੇ ਵੇਲੇ ਅਸੀਂ ਜਦੋਂ ਆਏ ਹਾਂ ਇੰਡੀਆ ਛੱਡ ਕੇ, ਪੰਜਾਬ ਛੱਡ ਕੇ, ਆਹ ਬਲਾਤਕਾਰਾਂ ਵਾਲੀ ਗੱਲ ਬਹੁਤ ਨਹੀਂ ਸੀ ਸੁਣੀ ਵੀ ਅਸੀਂ ਜਿਹੜੇ ਸਮਾਜ ਦੀ ਤਰੱਕੀ ਦੀ ਗੱਲ ਕਰਦੇ ਹਾਂ ਉਹ ਇੰਨੀਆਂ ਢਹਿੰਦੀਆਂ ਕਲਾਂ ਵੱਲ ਚਲਾ ਗਿਆ ਕਿ ਅੱਜ ਹਰ ਰੋਜ਼ 5-7 ਬਲਾਤਕਾਰਾਂ ਦੀ, ਜਾਂ ਹੁਣ ਨਵੀਂ ਗੱਲ ਇੱਕ ਹੋਰ ਤੁਰੀ ਹੈ ਵੀ ਤੇਜ਼ਾਬ ਸਿੱਟਣ ਦੀ ਬਹੁਤ ਆ ਗਈ ਹੈ, ਹਾਲੇ ਪਰਸੋਂ ਹੀ ਕਿਸੇ ਬਾਪ ਅਤੇ ਉਹਦੀਆਂ ਧੀਆਂ ਦੇ ਨਾਲ, ਇਹ ਬਲਾਤਕਾਰਾਂ ਦੀ ਜਿਹੜੀ ਬਲਾਤਕਾਰੀ ਆਪਣੀ ਮਾਨਸਿਕਤਾ ਪੈਦਾ ਹੋਈ ਹੈ, ਉਸ ਮਾਨਸਿਕਤਾ ਨੂੰ ਤੁਸੀਂ ਕਿਵੇਂ ਲੈਂਦੇ ਹੋ? ਇਹ ਵੇਖੋ ਜੀ, ਇਹਨੂੰ ਤਾਂ ਇਹ ਮਾਨਸਿਕਤਾ ਜਾਂ ਤਾਂ ਅਸੀਂ ਮਾਨਸਿਕ ਤੌਰ 'ਤੇ ਬੜੇ ਬਿਮਾਰ ਹੋ ਗਏ ਹਾਂ ਕਿ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਗਲਤ ਕੀ ਹੈ ਅਤੇ ਠੀਕ ਕੀ ਹੈ। ਸਾਡੇ ਬਜ਼ੁਰਗ ਜਿਹੜੇ ਉਹ ਸਾਡੇ ਨਾਲੋਂ ਜ਼ਿਆਦਾ ਸਿਆਣੇ ਨੇ, ਉਹਨਾਂ ਨੂੰ ਪਤਾ ਹੈ ਜ਼ਿੰਦਗੀ ਕਿੱਦਾਂ, ਕਿਸੇ ਦੀ ਸਤਿਕਾਰ, ਔਰਤ ਦਾ ਸਤਿਕਾਰ ਕਿੱਦਾਂ ਕਰਨਾ। ਪਰ ਅੱਜ ਦੀ ਜਿਹੜੀ ਜਨਰੇਸ਼ਨ ਆ, ਇਹ ਪਤਾ ਨਹੀਂ ਹਰ ਕੋਈ ਜਿਹੜਾ ਅੱਗੇ ਲੱਗਣ ਦੀ ਕੋਸ਼ਿਸ਼ ਕਰ ਰਿਹਾ। ਪਿਆਰ ਮੁਹੱਬਤ ਦੀ ਕਵਿਤਾ ਸੂਫੀਆਂ ਨੇ ਵੀ ਲਿਖੀ ਹੈ ਅਤੇ ਸਾਡੇ ਅੱਜ ਦੇ ਸਾਹਿਤ ਵਿੱਚ ਪਿਆਰ ਮੁਹੱਬਤ ਦੀ ਕਵਿਤਾ ਬਹੁਤ ਜ਼ਿਆਦਾ ਲਿਖੀ ਜਾ ਰਹੀ ਹੈ, ਪਰ ਉਹਦੇ ਵਿੱਚ ਕਵਿਤਾ ਕਿੰਨੀ ਹੈ? ਕਿਉਂਕਿ ਜਦੋਂ ਅਸੀਂ ਕਹਿੰਦੇ ਨਾ ਵੀ ਸੂਫੀਆਂ ਵਾਲੀ ਕਵਿਤਾ ਤਾਂ ਇਹੀ ਸੁਨੇਹਾ ਦਿੰਦੀ ਹੈ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ, ਪਰ ਸਾਡੀ ਅੱਜ ਦੀ ਪਿਆਰ ਕਵਿਤਾ 'ਚ ਬਹੁਤ ਰੋਣਾ ਹੈ, ਉਹ ਛੱਡ ਗਿਆ, ਉਹ ਛੱਡ ਗਈ, ਇਹਦੇ ਨਾਲ ਦੂਸਰੇ ਦਾ ਕੁਛ ਨਹੀਂ ਬਣਦਾ। ਜੇ ਪਿਆਰ ਹੈ ਤਾਂ ਪਿਆਰ ਦਾ ਇੱਕ ਸੰਕਲਪ ਹੈ, ਉਸ ਸੰਕਲਪ ਨੂੰ ਬੰਦਾ ਜਿਉਣ ਵਾਲਾ ਉਹ ਆਦਮੀ ਹੈ, ਔਰਤ ਹੈ, ਹਰ ਕਿਸੇ 'ਤੇ ਇੱਕੋ ਜਿਹਾ ਅਸਰ ਨਹੀਂ ਕਰਦਾ। ਇਸ ਕਰਕੇ ਜਦੋਂ ਅਸੀਂ ਦੇਖਦੇ ਹਾਂ ਸਾਡੇ ਪੰਜਾਬੀ ਸਾਹਿਤ 'ਚ ਪਿਆਰ ਕਵਿਤਾ ਦਾ ਬਹੁਤ ਹੀ ਵੱਡਾ ਖੇਤਰ ਹੈ, ਅਤੇ ਉਹਦੇ 'ਚ ਤੁਸੀਂ ਪਿਆਰ ਕਿੰਨਾ ਕੁ ਲੱਭਦੇ ਹੋ? ਜਿਹੜੀ ਗੱਲ ਤੁਸੀਂ ਸੂਫੀ ਕਵਿਤਾ ਦੀ ਕੀਤੀ ਹੈ, ਉਹ ਜਿਹੜਾ ਸਮਾਜ ਸੀ ਕਈ ਸੌ ਸਾਲਾਂ ਪਹਿਲਾਂ ਸੀ, ਉਹਦੇ ਵਿੱਚ ਇਹ ਬੁਰਾਈਆਂ ਨਹੀਂ ਸੀ ਅਤੇ ਮੈਨੂੰ ਨਹੀਂ ਲੱਗਦਾ ਕਿ ਉਦੋਂ ਇੰਨੀ ਖੁੱਲ੍ਹ ਹੁੰਦੀ ਸੀ ਲੋਕਾਂ ਨੂੰ ਮਿਲਣ ਗਿਲਣ ਦੀ, ਜਾਂ ਕੁੜੀ ਨੂੰ ਮੁੰਡੇ ਦੇ ਨਾਲ ਗੱਲਾਂ ਕਰਨ ਦੀ, ਜਾਂ ਲੋਕਾਂ ਦਾ ਇੰਨਾ ਮੈਨੂੰ ਨਹੀਂ ਲੱਗਦਾ ਇੰਨਾ ਧਿਆਨ ਸੀ, ਜਾਂ ਕਿਉਂਕਿ ਜਿਹੜੀ ਕੁੜੀ ਸੀ ਉਹ ਛੋਟੀ ਉਮਰ 'ਚ ਵਿਆਹੀ ਜਾਂਦੀ ਸੀ, ਜਾਂ ਆਪਣਾ ਬਹੁਤ ਛੋਟੀ ਉਮਰ 'ਚ ਵਿਆਹ ਹੋ ਜਾਂਦਾ ਸੀ, ਜਿਹਦੇ ਕਰਕੇ ਉਹਨਾਂ ਦੀ ਉਸ ਉਮਰ ਤੱਕ ਕੁਆਰੇ ਪਹੁੰਚਦੇ ਹੀ ਨਹੀਂ ਸੀ ਕਿ ਉਹ ਕਿਸੇ ਦੇ ਨਾਲ ਅੱਖਾਂ ਮਿਲਾਉਣ ਜਾਂ ਪਿਆਰ ਮੁਹੱਬਤ ਦੀਆਂ ਗੱਲਾਂ ਕਰਨ। ਅਤੇ ਸੂਫੀ ਸੰਤ ਉਦੋਂ ਆਪਣਾ, ਕਿਉਂਕਿ ਉਹਨਾਂ ਦੇ ਵਿੱਚ ਰੱਬ ਦੀ ਵੀ ਬੜੀ ਜਗ੍ਹਾ ਸੀ, ਉਹ ਰੱਬ ਨੂੰ ਉਹਦੇ 'ਤੇ ਵਿਸ਼ਵਾਸ ਰੱਖਦੇ ਸੀ। ਪਰ ਅੱਜ ਦੀ ਦੁਨੀਆ ਕੁਛ ਲੋਕ ਰੱਖਦੇ ਆ ਰੱਬ 'ਤੇ ਵਿਸ਼ਵਾਸ, ਕੁਛ ਲੋਕ ਨਹੀਂ ਰੱਖਦੇ, ਕੁਛ ਲੋਕ ਜਿਹੜੇ ਆ ਉਹ ਇੱਕ ਇਨਸਾਨ ਨੂੰ ਹੀ ਰੱਬ ਕਹੀ ਜਾਂਦੇ ਆ, ਭਾਵੇਂ ਉਹ ਰੱਬ ਦੇ ਬਰਾਬਰ ਹੋਵੇ ਜਾਂ ਨਾ ਵੀ ਹੋਵੇ। ਅਤੇ ਅੱਜ ਕੱਲ੍ਹ ਦੀ ਕਵਿਤਾ ਦੇ ਵਿੱਚ ਪਿਆਰ ਹੁੰਦਾ ਤਾਂ ਹੈਗਾ, ਪਰ ਕਈ ਵਾਰੀ ਇਜ਼ਹਾਰ ਜਿਹੜਾ ਉਹ ਅਸੀਂ ਸਹੀ ਤਰੀਕੇ ਨਾਲ ਨਹੀਂ ਕਰਦੇ। ਠੀਕ ਹੈ, ਕਿਉਂਕਿ ਪਿਆਰ ਦਾ ਸਮਾਜ ਦੇ ਨਾਲ ਨਾਲ, ਸਮਾਜਿਕ ਸਰੋਕਾਰਾਂ ਦੇ ਨਾਲ ਨਾਲ ਇਸ ਖੇਤਰ 'ਚ ਵੀ ਲੋਕਾਂ 'ਚ ਬਦਲਾਅ ਆਇਆ, ਅਤੇ ਇਸ ਬਦਲਾਅ ਨੂੰ, ਕਿਉਂਕਿ ਪਿਆਰ ਕਰਨ ਵਾਲਾ ਮਨੁੱਖ ਹਮੇਸ਼ਾ ਹੀ ਜੰਗਾਂ ਦੇ ਖਿਲਾਫ ਹੈ, ਕਿਸੇ ਵੀ ਜੋ ਸਾਡੇ ਸਮਾਜ 'ਚ ਅੱਜ ਹੋ ਰਿਹਾ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਬਲਾਤਕਾਰੀ ਸਮਾਜ ਜਿਹੜਾ ਪੈਦਾ ਹੋ ਰਿਹਾ, ਇਹਦੇ ਕੁਛ ਕਾਰਨ ਸਮਾਜਿਕ, ਰਾਜਨੀਤਿਕ, ਆਰਥਿਕ ਹੋਣਗੇ? ਜਿੱਥੋਂ ਤੱਕ ਮੇਰਾ ਆਪਣਾ ਵਿਚਾਰ ਹੈ, ਕਈ ਲੋਕਾਂ ਨੂੰ, ਬਹੁਤੇ ਲੋਕਾਂ ਨੂੰ ਮੇਰਾ ਜਿਹੜਾ ਵਿਚਾਰ ਪਸੰਦ ਨਹੀਂ ਆਉਂਦਾ। ਸਾਡੇ ਸਮਾਜ ਦੇ ਵਿੱਚ ਇੰਨੀ ਕੁ ਜ਼ਿਆਦਾ ਘੁਟਨਾ, ਇੰਨੀ ਕੁ ਜ਼ਿਆਦਾ ਪਾਬੰਦੀ ਹੈ ਕਿ ਲੋਕ ਜਿਹੜੇ ਆ ਉਹ, ਜਿੱਦਾਂ ਮੰਨ ਲਓ ਵੈਸਟਰਨ ਕੰਟਰੀਜ਼ ਆ, ਉਹਨਾਂ ਦੇ ਵਿੱਚ ਆਪਣਾ ਕੁੜੀ ਮੁੰਡੇ ਨੂੰ ਇਕੱਠਿਆਂ ਬੈਠਣ ਦੀ ਇਜਾਜ਼ਤ ਹੈ, ਗੱਲਾਂ ਬਾਤਾਂ ਕਰ ਸਕਦੇ ਆ ਉਹ, ਪਰ ਸਾਡੇ ਸਮਾਜ ਦੇ ਵਿੱਚ ਇੱਥੋਂ ਤੱਕ ਕਿ ਕੁੜੀ ਮੁੰਡਾ ਜਿਹੜਾ ਉਹ ਭਾਵੇਂ ਭੈਣ ਭਰਾ ਹੀ ਹੋਣ, ਉਹ ਰਾਹ 'ਚ ਤੁਰੇ ਜਾਂਦੇ ਨੂੰ ਵੀ ਗੱਲਾਂ ਕਰਦੇ ਜਾਣਗੇ ਕਿ ਕਮੈਂਟ ਕਰਦੇ ਜਾਣਗੇ। ਹਾਂਜੀ, ਇਸ ਲਈ ਇਹ ਸਾਨੂੰ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ, ਸਾਨੂੰ ਥੋੜ੍ਹਾ ਖੁੱਲ੍ਹਾਪਣ ਦੇਣ ਦੀ ਲੋੜ ਹੈ ਸਾਡੇ ਆਪਣੇ ਲੋਕਾਂ ਨੂੰ, ਆਪਣੀ ਨੌਜਵਾਨ ਪੀੜ੍ਹੀ ਨੂੰ। ਜਿਹੜਾ ਤੁਹਾਡੀ ਕਿਤਾਬ 'ਚ ਵੀ ਆਉਂਦਾ ਵੀ ਪਹਿਲਾਂ ਪਿੰਡ ਦੀ ਧੀ ਭੈਣ ਨੂੰ ਪਿੰਡ ਦੀ ਧੀ ਭੈਣ ਸਮਝਿਆ ਜਾਂਦਾ ਸੀਗਾ, ਜਿਹੜਾ ਇੱਥੋਂ ਇਹ ਕੁਛ ਮਤਲਬ ਇਹ ਖੁੱਲ੍ਹ ਦੇਣ ਦਾ ਅਸਰ ਹੈ ਕਿ ਅਸੀਂ ਜਿਵੇਂ ਸਾਡੇ ਗੀਤ ਨੇ ਗੰਦੀ ਗਾਇਕੀ ਜਿਹੜੀ ਹੈ
ਉਹਦੀ ਗੱਲ ਕਰੀਏ ਤਾਂ ਉਹ ਇੱਕ ਗੱਲ ਕਰਨਗੇ ਸਾਹਮਣੇ ਚਵਾਰੇ ਵਾਲੀ। ਹਾਂਜੀ, ਜਦੋਂ ਸਾਹਮਣੇ ਚਵਾਰੇ ਵਾਲੀ ਕੁੜੀ ਦੀ ਗੱਲ ਕੀਤੀ ਜਾਂਦੀ ਹੈ, ਸਾਹਮਣੇ ਚਵਾਰਾ ਚਾਚੇ ਦਾ ਹੈ, ਤਾਏ ਦਾ ਹੈ, ਮਤਲਬ ਸਾਡੇ ਆਪਣਿਆਂ ਦਾ ਹੈ, ਜਿਹੜੇ ਸਾਡਾ ਆਪਣਾ ਖੂਨ ਨੇ। ਫਿਰ ਉਹ ਕੁੜੀ ਨੂੰ ਮਸ਼ੂਕ ਬਣਾਉਣ ਲਈ ਜਿਹੜੇ ਗੀਤਕਾਰ ਸਾਡੇ ਅੱਜ ਇਹ ਕਰ ਰਹੇ ਹੈ ਕਿ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਕਿ ਉਹਨਾਂ ਨੂੰ ਮਤਲਬ ਸ਼ਰਮੀ ਦੀ ਹੱਦ ਤਾਂ ਉਹ ਪਾਰ ਕਰ ਚੁੱਕੇ ਆ, ਇਹ ਤੋਂ ਬਾਅਦ ਹੁਣ ਕੀ ਕਰਨਗੇ ਜਾਂ ਇਹਦੇ ਬਾਰੇ ਕੀ ਹੋਣਾ ਚਾਹੀਦਾ? ਇਹਦੀ ਜਿਹੜੀ ਜੜ ਆ ਉਹ ਮੈਂ ਸੋਚਦੀ ਹਾਂ ਕਿ ਸਾਡੇ ਸਮਾਜ 'ਚ ਸਾਡੇ ਮਾਂ ਪਿਓ ਨੇ ਵੀ ਇੰਨੀਆਂ ਪਾਬੰਦੀਆਂ ਲਾ ਛੱਡੀਆਂ ਨੇ। ਇੱਕ ਮੈਂ ਉਦਾਹਰਨ ਤੁਹਾਨੂੰ ਆਪਣੀ ਦਿੰਦੀ ਹਾਂ ਕਿ ਮੇਰੀ ਮੰਮੀ ਨੂੰ ਮੇਰੇ ਆਪਣੇ ਭੂਆ ਦੇ ਮੁੰਡੇ ਦੇ ਨਾਲ ਹੱਸ ਹੱਸ ਗੱਲਾਂ ਕਰਨੀਆਂ ਜਾਂ ਉਹਦੇ ਨਾਲ ਖਾਣਾ ਖਾਣਾ ਜਾਂ ਉਹ ਚੰਗਾ ਨਹੀਂ ਸੀ ਲੱਗਦਾ ਉਹਨੂੰ। ਜਦੋਂ ਅਸੀਂ ਇਹੋ ਜਿਹੀਆਂ ਗੱਲਾਂ 'ਤੇ ਪਾਬੰਦੀਆਂ ਲਾਉਂਦੇ ਹਾਂ ਵੀ ਭੂਆ ਦਾ ਮੁੰਡਾ ਤਾਂ ਮੇਰਾ ਭਰਾ ਵਾ, ਚਾਚੇ ਦਾ ਮੁੰਡਾ ਮੇਰਾ ਭਰਾ ਵਾ, ਤਾਏ ਦਾ ਮੁੰਡਾ ਮੇਰਾ ਭਰਾ ਵਾ, ਜੇ ਮੈਂ ਆਪਣੇ ਭੈਣ ਭਰਾਵਾਂ ਦੇ ਨਾਲ ਨਹੀਂ ਖੇਡਣਾ ਤਾਂ ਮੈਂ ਹੋਰ ਬਗਾਨੇ ਮੁੰਡੇ ਦੇ ਨਾਲ ਖੇਡੂੰਗੀ, ਠੀਕ ਹੈ? ਮੈਂ ਵੇਖਿਆ ਕਈ ਮਾਵਾਂ ਜਿਹੜੀਆਂ ਆਪਣੇ ਬੱਚਿਆਂ ਦੇ ਉੱਤੇ ਪਾਬੰਦੀਆਂ ਲਾਉਂਦੀਆਂ ਕਿ ਨਹੀਂ ਉਹ ਦੂਰ ਰਹਿਣਾ ਵਾ ਜਾਂ ਬਹੁਤਾ ਲਾਗੇ ਨਹੀਂ ਹੋਣਾ, ਇਹ ਇੱਦਾਂ ਉੱਦਾਂ। ਅਤੇ ਇਸ ਲਈ ਇਹ ਪਾਬੰਦੀਆਂ ਜਿਹੜੀਆਂ ਪਾਬੰਦੀਆਂ ਤੋਂ ਜਿਹੜੀ ਬੁਰਿਆਈ ਆ ਉਹ ਸ਼ੁਰੂ ਹੋਣੀ ਸ਼ੁਰੂ ਹੁੰਦੀ। ਮਤਲਬ ਇਹਦੇ ਜੇ ਮਾਵਾਂ ਸਿੱਖਿਆ ਚੰਗੀ ਦੇਣ ਤਾਂ ਇਹਦਾ ਮਤਲਬ ਹੈ ਇਸ ਸਥਿਤੀ 'ਚ ਕੋਈ ਨਾ ਕੋਈ ਬਦਲਾਅ ਆਉਣਾ ਚਾਹੀਦਾ, ਕਿਉਂਕਿ ਮਾਂ ਦੀ ਸਿੱਖਿਆ ਨਾਲ ਧੀ ਨੇ ਇੱਕ ਕਹੀਏ ਹੌਸਲਾ ਲੈਣਾ। ਉਹ ਹੌਸਲਾ ਜਦੋਂ ਉਹਦੇ ਅੰਦਰ ਆਉਂਦਾ ਹੈ ਅਤੇ ਉਹ ਹੌਸਲਾ ਹਰ ਖੇਤਰ 'ਚ, ਜਿਵੇਂ ਆਪਣੇ ਬਹੁਤ ਸਾਰੇ ਲੋਕ ਹੈ ਵੀ ਨਹੀਂ ਜੀ ਖੇਡਾਂ ਦੇ ਅੰਦਰ ਨਹੀਂ ਜਾਣਾ, ਉੱਥੇ ਤੁਹਾਨੂੰ ਸਕਰਟ ਪਾਉਣੀ ਪੈਣੀ ਹੈ, ਸਲਵਾਰ ਖੋਲ੍ਹਣੀ ਪੈਣੀ ਹੈ ਜਾਂ ਕੱਛਾ ਪਾਉਣਾ ਪੈਣਾ ਹੈ। ਅਤੇ ਇਹ ਮਾੜੀ ਬਿਰਤੀ ਨਹੀਂ ਵੀ ਸਾਡੇ ਸਮਾਜ 'ਚ ਅਜੇ ਵੀ ਜਦੋਂ ਅਸੀਂ ਇੱਥੇ ਬਾਹਰ ਵੀ ਲੋਕ ਕਿਵੇਂ ਕਰਦੇ ਆ? ਬਿਲਕੁਲ ਬਾਹਰ ਵੀ ਕਰਦੇ ਨੇ। ਇਹ ਆਪਣੇ ਮੈਂ ਜਦੋਂ ਸਕੂਲ ਦੇ ਵਿੱਚ ਸੀ ਮੈਂ ਕਬੱਡੀ ਖੇਡਦੀ ਹੁੰਦੀ ਸੀ, ਅੰਮ੍ਰਿਤਸਰ ਦੇ ਵਿੱਚ ਇੱਕ ਸਕੂਲ ਸੀ, ਅਤੇ ਮੇਰੀ ਮੰਮੀ ਨੂੰ ਮੇਰੇ ਘਰਦਿਆਂ ਨੂੰ ਪਸੰਦ ਨਹੀਂ ਸੀ ਅਤੇ ਨਿੱਕਰ ਦੇ ਵਿੱਚ ਕਬੱਡੀ ਖੇਡਣੀ ਜਾਂ ਕਿੱਦਾਂ, ਉਹਦੇ ਕਰਕੇ ਮੈਨੂੰ ਉਹ ਛੱਡਣੀ ਪਈ। ਮਤਲਬ ਮੇਰਾ ਸ਼ੌਂਕ ਸੀ ਕਬੱਡੀ ਖੇਡਣ ਦਾ, ਮੈਨੂੰ ਕਾਲਜ ਦੀ ਟੀਮ ਦੇ ਵਿੱਚ ਚੁਣ ਲਿਆ ਗਿਆ ਸੀ ਅਤੇ ਉਹਦੇ ਕਰਕੇ ਛੱਡਣਾ ਪਿਆ। ਮੰਮੀ ਮੇਰੀ ਪੜ੍ਹੀ ਲਿਖੀ ਹੈ ਅਤੇ ਉਹਦੇ ਵੀ ਮਨ 'ਚ ਇਹ ਆਉਂਦਾ ਸੀ ਕਿ ਨਹੀਂ ਇਹ ਕੁੜੀਆਂ ਦਾ ਕੰਮ ਨਹੀਂ ਹੈ ਜਾਂ ਕੁੜੀਆਂ ਨੂੰ ਥੋੜ੍ਹਾ ਕੰਟਰੋਲ 'ਚ ਰਹਿਣਾ ਚਾਹੀਦਾ। ਲਓ ਜੀ, ਤੁਹਾਡੀ ਮੰਮੀ ਦੀ ਕੁੜੀ ਨੂੰ ਅੱਜ ਅਸੀਂ ਇਹ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹਨਾਂ ਦੀ ਮੰਮੀ ਨੇ ਭਾਵੇਂ ਕੁਛ ਪਾਬੰਦੀਆਂ ਲਾਈਆਂ ਪਰ ਅੱਜ ਅਸੀਂ ਇਹਨਾਂ ਨੂੰ ਕਬੱਡੀ ਦੇ ਇੱਥੇ ਮੇਲੇ 'ਤੇ ਹੀ ਇੰਟਰਵਿਊ ਕਰ ਰਹੇ ਹਾਂ ਅਤੇ ਮੇਰਾ ਖਿਆਲ ਇਹਨਾਂ ਨੂੰ ਵੀ ਚੰਗਾ ਲੱਗੇਗਾ ਅਤੇ ਸਾਨੂੰ ਵੀ ਚੰਗਾ ਲੱਗਿਆ ਵੀ ਜਿਹੜੀਆਂ ਗੱਲਾਂ ਸਾਡੀਆਂ ਮਾਵਾਂ ਵਰਜਦੀਆਂ ਹਨ ਆਪਣੇ ਬੱਚਿਆਂ ਨੂੰ, ਕਿਉਂਕਿ ਖੇਡ ਐਸਾ ਮੈਦਾਨ ਹੈ ਜਿੱਥੇ ਬਹੁਤ ਕੁਛ ਸਿੱਖਿਆ ਜਾ ਸਕਦਾ ਹੈ, ਸਿੱਖਣ ਨੂੰ ਮਿਲਦਾ ਹੈ, ਅਤੇ ਜੇ ਇੱਥੇ ਭੈਣਾਂ ਭਰਾਵਾਂ ਵਾਲੀ ਭਾਵਨਾ ਵੀ ਆਵੇ ਤਾਂ ਮੇਰਾ ਖਿਆਲ ਹੈ ਵੀ ਸਾਡਾ ਸਮਾਜ ਕੁਛ ਨਾ ਕੁਛ ਚੰਗੇ ਪਾਸੇ ਤੁਰ ਸਕਦਾ ਹੈ। ਅਤੇ ਸਾਡੇ ਸਮਾਜ ਦੇ ਅੰਦਰ ਜਿਹੜੀ ਘੁੱਟਣ ਹੈ, ਤੁਸੀਂ ਘੁੱਟਣ ਦਾ ਜ਼ਿਕਰ ਕੀਤਾ, ਹੁਣ ਮੈਂ ਬਾਹਰਲੇ ਸਮਾਜ ਦੀ ਗੱਲ ਕਰਦਾ ਵੀ ਇਸ ਘੁੱਟਣ ਦਾ ਸਾਡੇ ਬਾਹਰਲੇ ਪੰਜਾਬੀ ਸਮਾਜ 'ਤੇ ਕਿੰਨਾ ਕੁ ਅਸਰ? ਇਹ ਘੁੱਟਣ ਤਾਂ ਬਾਹਰ ਵੀ ਹੈਗੀ ਆ, ਇਹ ਬਸ ਬੱਚਿਆਂ ਨੂੰ ਥੋੜ੍ਹਾ ਕਾਨੂੰਨ ਦਾ ਸਹਾਰਾ ਮਿਲ ਜਾਂਦਾ ਅਤੇ ਉਹ ਮਨ ਆਈਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਜੇ ਅਸੀਂ ਆਪ ਹੀ ਉਹਨਾਂ ਨੂੰ ਖੁੱਲ੍ਹ ਦੇਈ ਜਾਈਏ ਤਾਂ ਮੈਨੂੰ ਨਹੀਂ ਲੱਗਦਾ ਕੋਈ ਬੱਚਾ ਜਿਹੜਾ ਉਹ ਮਾਪਿਆਂ ਤੋਂ ਬਾਹਰ ਹੀ ਜਾਊਗਾ ਜਾਂ ਉਹਨਾਂ ਦੇ ਖਿਲਾਫ਼ ਕੁਛ ਕਰੂ। ਇਹਦਾ ਮਤਲਬ ਸਾਡੇ ਸਮਾਜ ਦਾ ਕਸੂਰ ਹੈ ਕਿ ਅਸੀਂ ਬੱਚਿਆਂ ਨੂੰ ਇੰਨਾ ਦਬਾਉਂਦੇ ਹਾਂ ਕੋਈ ਸਪਰਿੰਗ ਵਾਂਗ ਜਦੋਂ ਉੱਠਦੇ ਨਾ ਅਤੇ ਫਿਰ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ, ਅਤੇ ਇਸ ਵਿਰੋਧ ਦਾ ਮਤਲਬ ਕਿਵੇਂ ਇਹਨੂੰ ਟਾਲਿਆ ਜਾ ਸਕਦਾ? ਇਹਨੂੰ ਆਪਣੇ ਮਾਂ ਪਿਓ ਜਿਹੜੇ ਉਹਨਾਂ ਨੂੰ ਥੋੜ੍ਹਾ ਖੁੱਲ੍ਹਾ ਦਿਲ ਰੱਖਣਾ ਪੈਣਾ, ਉਹਨਾਂ ਨੂੰ ਆਪਣੇ ਨਵੇਂ ਜ਼ਮਾਨੇ ਦੇ ਆਧਾਰ 'ਤੇ ਚੱਲਣਾ ਪੈਣਾ, ਕੁਝ ਸਿੱਖਣਾ ਪੈਣਾ ਸਮਾਜ ਤੋਂ, ਕੁਛ ਲੋਕਾਂ ਤੋਂ ਜਿੱਥੇ ਰਹਿ ਰਹੇ ਉਹਨਾਂ ਤੋਂ ਸਿੱਖਣਾ ਪੈਣਾ। ਹਾਂ, ਅਸੀਂ ਮੈਂ ਮਹਿਸੂਸ ਕਰਦੀ ਹਾਂ ਕਿ ਹਮੇਸ਼ਾ ਅਸੀਂ ਜਿਹੜੀਆਂ ਗਲਤ ਗੱਲਾਂ ਜਿਹੜੀਆਂ ਉਹਨਾਂ ਨੂੰ ਅਪਣਾਉਂਦੇ ਹਾਂ, ਜਿਹੜੀਆਂ ਸਹੀ ਗੱਲਾਂ ਉਹਨਾਂ ਨੂੰ ਕਦੀ ਵੀ ਨਹੀਂ ਅਪਣਾਉਂਦੇ। ਹੁਣ ਅਸੀਂ ਗੱਲਾਂ ਕਰੀਏ ਵੀ ਪਹਿਲਾਂ ਇਹਨਾਂ ਦੀ ਬੀਬੀ ਕੁਲਜੀਤ ਹੋਰਾਂ ਦੀ ਕਿਤਾਬ ਆਈ ਸੀਗੀ ਤ੍ਰੇੜਲ ਜਿਹੇ ਮੋਤੀ, ਅਤੇ ਹੁਣ ਤੁਹਾਡੀ ਇੱਕ ਨਵੀਂ ਕਿਤਾਬ ਆ ਰਹੀ ਹੈ ਰਾਗ ਮੁਹੱਬਤ, ਜਿਹੜੀ ਕਿ ਅਜੇ ਥੋੜ੍ਹੇ ਦਿਨਾਂ ਤੱਕ ਲੋਕ ਅਰਪਣ ਕੀਤੀ ਜਾਣੀ ਹੈ, ਅਤੇ ਉਸ ਕਿਤਾਬ ਨੂੰ ਕੀ ਤੁਸੀਂ ਸਮਝਦੇ ਹੋ ਕੋਈ ਤ੍ਰੇੜਲ ਦੇ ਮੋਤੀ, ਤ੍ਰੇੜਲ ਜਿਹੇ ਮੋਤੀ ਤੋਂ ਕੋਈ ਅਗਲੀ ਕੜੀ ਹੈ? ਨਹੀਂ, ਉਹ ਅਸਲ 'ਚ ਉਹ ਗੀਤ ਸਨ ਜਿਹੜੇ ਮੈਂ ਜਦੋਂ 16, 17, 18 ਸਾਲਾਂ ਦੀ ਸੀ, ਪੜ੍ਹਦੀ ਹੁੰਦੀ ਸੀ, ਉਦੋਂ ਮੈਂ ਉਹ ਗੀਤ ਲਿਖੇ ਸਨ। ਮਤਲਬ ਇਸ ਕਿਤਾਬ ਤੋਂ ਪਹਿਲਾਂ ਲਿਖੀ ਗਈ? ਪਹਿਲਾਂ ਲਿਖੀ ਅਤੇ ਉਹ ਬਸ ਭੁੱਲੇ ਵਿਸਰੇ ਗੀਤ ਰਹਿ ਗਏ, ਕਵਿਤਾਵਾਂ ਜਿਹੜੀਆਂ ਭੁੱਲੀਆਂ ਰਹਿ ਗਈਆਂ, ਉਹਨਾਂ ਨੂੰ ਮੈਂ ਇਕੱਠਿਆ ਕੀਤਾ, ਸੁੱਟਣ ਨੂੰ ਜੀ ਨਹੀਂ ਕੀਤਾ, ਅਤੇ ਮੈਂ ਆਪਣੇ ਉਸਤਾਦ ਨੂੰ ਦਿਖਾਇਆ ਅਤੇ ਉਹਨੇ ਚੋਣ ਕੀਤੀ ਜਿਹੜੀ ਛਾਪੀ ਜਾ ਸਕਣ ਵਾਲੀ ਸੀ। ਮਤਲਬ ਚੇਤੇ ਨੂੰ ਭੁੱਲਣ ਤੋਂ ਬਚਾਉਣ ਦਾ ਵੀ ਇੱਕ ਯਤਨ ਹੈ ਜਾਂ ਚੇਤੇ ਨੂੰ ਚੇਤੇ ਕਰਨ ਦਾ ਯਤਨ ਹੈ? ਬਿਲਕੁਲ ਜੀ, ਹਾਂਜੀ। ਅੱਛਾ,
मैं चाहवांगा कि असी हुण बीबी कुलजीत होरां तों कोई एक नवी गजल सुनीए, क्योंकि इन्हां दी कविता नाल भी तुहाडी सांझ पुआई जाणी है। तुसी कोई अपनी नवी गजल सुनाओ सानू। बिल्कुल जी, मैं गजलां वाली एक नवी होर किताब जिहड़ी है उह छपण लई पाई होई है, उहनां दे उहदे विचों मैं तुहानूं एक गजल सुनाउणी आ। खुदा सरकार शाहूकार सारे सौ गए ने, खुदा सरकार शाहूकार सारे सौ गए ने, कि हक सच दे वी पहरेदार सारे सौ गए ने, किवें चौंकां दे विच पगड़ी उछाली जा रही है, किवें चौंकां दे विच पगड़ी उछाली जा रही है, न्यारी कौम दे सरदार सारे सौ गए ने, शरे बाजार धी दी आन लुट्टी जान आपे, शरे बाजार धी दी आन लुट्टी जान आपे, मापे भाई रिश्तेदार सारे सौ गए ने, लुटेरे बन गए मिर्जे नशे विच टुन रांझे, लुटेरे बन गए मिर्जे नशे विच टुन रांझे, दिलां दे बादशाह दिलदार सारे सौ गए ने, लहू दे दरिया वगण झूठ दा है बोल बाला, लहू दे दरिया वगण झूठ दा है बोल बाला, अहिंसा सच दे पहरेदार सारे सौ गए ने, सियासत नफरतां दे पुड़ बथेरे, सियासत नफरतां दे पुड़ बथेरे, जवानी पिस गई विचकार सारे सौ गए ने, मकता जी मेरे जगरातियां दा साथ गहरा नाल उसदे, मेरे जगरातियां दा साथ गहरा नाल उसदे, जगे दुश्मन मेरा पर यार सारे सौ गए ने, खुदा सरकार शाहूकार सारे सौ गए ने, के हक सच दे वी पहरेदार सारे सौ गए ने, लुटेरे बन गए मिर्जे नशे विच टुन ने रांझे। ये पंजाब दा अज दा बिल्कुल 200% सच है, क्योंकि कलियां नतियां नहीं पाइया, उन्होंने बहुत कुछ होर कीता है, ते इस गल ते चोट करन लई भी पंजाबी नूं भावें उह पंजाबी किते वसदा है उहदे दिल च पंजाब दा दर्द है, पंजाब उहदे अंदर वसदा है, ते अज पंजाब नूं जिवें लहू लुहान ते कलंकित कीता जा रहा है, ये साडियां समाजिक कदरां कीमतां तो जिहड़े विद्रोही ने वो किवें ढहिंदी कला वल तुर गए। अज पंजाब विच जो नशियां दा दरिया नहीं पता नहीं समुंदर ही है हुण तां, ते उहनां बारे जिहड़ा ये मिर्जियां दा इदां दा मिर्जे बन के वह कम करने बहादरी आई ते कोई गल नहीं, रांझे भी उस ही राहे तुरे है, ते प्यार दा छट्टा कौन देऊगा। इस करके कोई एक होर तुसी अपनी रचना पाठकां दे दर्शकां दे रूबरू करो जी। ਇਹ ਵੀ ਨਵੀਂ ਕਿਤਾਬ ਦੇ ਵਿੱਚੋਂ, ਰਾਗ ਮੁਹੱਬਤ ਵਿੱਚੋਂ ਨਹੀਂ, ਅੱਛਾ ਹੋਰ ਨਵੀਂ ਗਜ਼ਲਾਂ ਦੀ ਕਿਤਾਬ, ਹਾਂਜੀ ਉਹ ਅਜੇ ਮੈਂ ਛਪਣ ਲਈ ਨਹੀਂ ਦਿੱਤੀ, ਉਹ ਪੰਜਾਬੀ ਸੱਤ ਵਾਲਿਆਂ ਕੋਲ ਪਈ ਹੋਈ ਹੈ। ਠੀਕ ਹੈ, ਉਹਦੇ ਵਿੱਚੋਂ ਇੱਕ ਹੋਰ ਗਜ਼ਲ ਹੈ, ਹਰ ਇੱਕ ਦਾ ਭਲਾ ਹੋਵੇ ਮੈਂ ਦਾਤੇ ਤੋਂ ਦੁਆ ਮੰਗਾਂ, ਹਰ ਇੱਕ ਦਾ ਭਲਾ ਹੋਵੇ ਮੈਂ ਦਾਤੇ ਤੋਂ ਦੁਆ ਮੰਗਾਂ, ਕੋਈ ਅੱਖ ਨਮ ਨਾ ਹੋਵੇ ਮੈਂ ਦਾਤੇ ਤੋਂ ਦੁਆ ਮੰਗਾਂ, ਅਸੀਂ ਔਲਾਦ ਹਾਂ ਇੱਕ ਦੀ ਰਗਾਂ ਵਿੱਚ ਖੂਨ ਇੱਕੋ ਹੈ, ਅਸੀਂ ਔਲਾਦ ਹਾਂ ਇੱਕ ਦੀ ਰਗਾਂ ਵਿੱਚ ਖੂਨ ਇੱਕੋ ਹੈ, ਇਹ ਸਭ ਨੂੰ ਹੀ ਪਤਾ ਹੋਵੇ ਮੈਂ ਦਾਤੇ ਤੋਂ ਦੁਆ ਮੰਗਾਂ, ਕਿਵੇਂ ਜਲ ਥਲ ਹਵਾ ਤਿੰਨੇ ਮੈਦਾਨੇ ਜੰਗ ਬਣ ਗਏ ਨੇ, ਕਿਵੇਂ ਜਲ ਥਲ ਹਵਾ ਤਿੰਨੇ ਮੈਦਾਨੇ ਜੰਗ ਬਣ ਗਏ ਨੇ, ਨਾ ਦੁਨੀਆਂ ਇੰਝ ਫਨਾ ਹੋਵੇ ਮੈਂ ਦਾਤੇ ਤੋਂ ਦੁਆ ਮੰਗਾਂ, ਇਹ ਜੱਗ ਵਾਲੀ ਬਗੀਚੀ ਵਿੱਚ ਬਹੁ ਰੰਗੇ ਫੁੱਲ ਖਿੜੇ ਹੋਵਣ, ਇਹ ਜੱਗ ਵਾਲੀ ਬਗੀਚੀ ਵਿੱਚ ਬਹੁ ਰੰਗੇ ਫੁੱਲ ਖਿੜੇ ਹੋਵਣ, ਅਤੇ ਗੁਲਸ਼ਣ ਮਹਿਕਦਾ ਹੋਵੇ ਮੈਂ ਦਾਤੇ ਤੋਂ ਦੁਆ ਮੰਗਾਂ, ਇਹ ਯੁੱਧ ਕਾਲੇ ਅਤੇ ਗੋਰੇ ਦਾ ਅਤੇ ਜੱਬ ਵੀਜ਼ੇ ਕਰੰਸੀ ਦਾ, ਇਹ ਯੁੱਧ ਕਾਲੇ ਅਤੇ ਗੋਰੇ ਦਾ ਅਤੇ ਜੱਬ ਵੀਜ਼ੇ ਕਰੰਸੀ ਦਾ, ਇਹਨਾਂ ਦਾ ਖਾਤਮਾ ਹੋਵੇ ਮੈਂ ਦਾਤੇ ਤੋਂ ਦੁਆ ਮੰਗਾਂ, ਨਾ ਤੇਰਾ ਹੀ ਨਾ ਮੇਰਾ ਹੀ ਨਾ ਇਸ ਦਾ ਅਤੇ ਨਾ ਉਸ ਦਾ ਹੀ, ਨਾ ਤੇਰਾ ਹੀ ਨਾ ਮੇਰਾ ਹੀ ਨਾ ਇਸ ਦਾ ਅਤੇ ਨਾ ਉਸ ਦਾ ਹੀ, ਅਤੇ ਬਸ ਰੱਬ ਦਾ ਹੀ ਨਾ ਹੋਵੇ ਮੈਂ ਦਾਤੇ ਤੋਂ ਦੁਆ ਮੰਗਾਂ, ਸਦਾ ਲਈ ਮਿੱਟ ਜਾਏ ਪਾੜਾ
अमीरी ते गरीबी दा सदा लई मिट जाए पाड़ा अमीरी ते गरीबी दा बराबर हक अदा होवे मैं दाते तो दुआ मंगा की करना हथ घड़ी नू ते कचहरी ठाणे की करने की करना हथ घड़ी नू ते कचहरी ठाणे की करने जुर्म नाही सजा होवे मैं दाते तो दुआ मंगा की करना हथ घड़ी नू ते कचहरी ठाणे की करने की करना हथ घड़ी नू ते कचहरी ठाणे की करने जुर्म नाही सजा होवे मैं दाते तो दुआ मंगा बीमारी ना तड़फ कोई मरे ना मौत अनयाई बीमारी ना तड़फ कोई मरे ना मौत मौत अनयाई दुआ ही बस दवा होवे मैं दाते तो दुआ मंगा मिले सब नू बराबर ही मकां कपड़ा हवा रोटी वाह 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 मिले सब नू बराबर ही मकां कपड़ा हवा रोटी न वध के लालसा होवे मैं दाते तो दुआ मंगा। वाह जी वाह जी वाह। ये है जी विश्वीकरण का एक रूप जिहड़ा के सब लई बराबरी सब लई शांति ते सब लई रोटी ते बीजियां दा खात्मा ये सारी जिहड़ी कविता है ये मतलब अज की साड़ी आवाज है कि हर बंदा हर बंदे नू अपना हक होवे जीवन दा ते हर बंदे नू रोटी कपड़ा मकान दा हक होवे जिहड़ा सरकारां रौला तां पांदियां पर इहदे लई आवाज उच्ची करन लई कलम वालियां दा भी अपना योगदान है जिवें बीबी कुलजीत होरां ने तुहाडे सामने जिहड़ी गज़ल पेश कीती है उहदे च रोटी कपड़ा मकान सारा ही जो बंदे दा बुनियादी हक है वह बंदा आदमी नहीं वह बंदा औरत भी है हर इंसान की गल की गई है ये इंसानियत नूं उच्चा चुकण वास्ते जिहड़ी कलम उठती है असीं उहनूं हमेशा ही नमस्कार भी करदे हां ते शाबाश भी दिंदे हां इसे करके बीबी कुलजीत होरां नूं अज मीडिया पंजाब टीवी दे दर्शकां दे सन्मुख करन दा यतन कीता गया है कि ये इत्थे आए न ते ए आया दा लाहा लिया जावे ते इन्हां नूं तुहाडे सामने पेश कीता जावे जिहड़ा साडा ये बनदा फर्ज है कि असी अपने जिन्हें भी साढ़े सुखनवर ने जिन्हें भी साढ़े लेखक ने वो तुहाडे सन्मुख होण ते अपनी रचना क्योंकि रचना परदेस दे मुल्क च रह के कीती जा रही है पर कीती पंजाबी मन नाल जा रही है उस पंजाबी मन ने जिहड़ा बाहरलियां दा कीता है कि ये किवें दा समाज है साडा समाज किवें है जदों असी ये देखते हैं तो सानू थोड़ी जी निराशा जरूर हुंदी है कि असी अपनियां सूचियां उच्चियां कदरां कीमतां दा प्रचार बड़ा करते हैं पर अमल च देखते हैं तो असी इन्हां लोकां तों बहुत पिछे अपने आप नूं देखते हैं कि असी अपनियां चंगियां कदरां कीमतां सामण दी बजाए इन्हां दीआं माड़ियां कदरां कीमतां अपनाण च वध दिलचस्पी लैंदे हां इस करके चाहिदा तो यह है कि असी अपना सरबत ते भले दा अपना बगाने ते पराए दा संकल्प जिहड़ा साडे कोल नहीं उस दा प्रचार करदे पर असी प्रचार कर नहीं सके ते साडे कलमकार भी इस पक्खों जुड़े होए क्योंकि असी ऐसा कोई कलमकार नहीं देखिया पंजाबी दा जिहड़ा इस सरबत दे भले नूं नकारदा होवे आपां सारे ही इहनूं प्रचार दे आ आपां तुहानूं इह पुछदे हां जी भई मतलब जिहड़ा सरबत दा भले दा संकल्प है साडे समाज दे अंदर ये बाबा नानक तो भी बहुत पहला दा चलिया आ रहा तो असी इनू लोकां च वंडण लई दूजे समाजां च वंडण लई किन्ने क कामयाब होए आ लिखतां दे तौर ते सरबत दे भले वास्ते तां अपने दूजे समाज जिहड़े आ उहनां नूं भी पता उह भी उह रौला घट पाउंदे आ पर जिहड़े भी अपने कम करदे उह सरबत दे भले वास्ते ही हुंदे आ ठीक है इस लई मैनूं नहीं लगदा कि सानूं दूजे समाज नूं दसना पऊगा कि सरबत दा भला होना चाहीदा मतलब ये सब दा ही ये सर्ब सांझा संकल्प है जिहड़ा दुनिया दे लोक करदे बहुत ज्यादा साडे नालों पर रौला साडे नालों घट पाउंदे आ असीं रौला वध पाउंदे आ ये मतलब जदों एक कलमकार इस गल नूं प्रचारदा है कि समाज नूं बदलना है उहदी दिशा की होवे दशा दा तां सानूं पता है कि दशा माड़ी है ते उहदी दिशा मिथण लई साडे कोले किहड़े पैमाने चाहीदे एक तो अपना सानू अपनी माँ बोली जिहड़ी आ ओह कदी नहीं भुलनी चाहीदी माँ बोली दे विच लिखिया साहित ही तुहानू अपनी माँ बोली दे लेखक जिहड़े आ ओही सही सीधा वल
ਲੈ ਕੇ ਜਾ ਸਕਦੇ ਆ। ਦੂਜੇ ਸਮਾਜ ਵਾਲੇ ਲੇਖਕ ਜਿਹੜੇ ਆ ਉਹ ਤੁਹਾਨੂੰ ਆਪਣੇ ਸਮਾਜ ਵੱਲ ਲੈ ਕੇ ਜਾਣਗੇ, ਆਪਣੇ ਸਮਾਜ ਦੀਆਂ ਚੰਗਿਆਈਆਂ ਦੱਸਣਗੇ, ਪਰ ਤੁਹਾਡੇ ਆਪਣੇ ਸਮਾਜ ਵਾਸਤੇ ਤੁਹਾਨੂੰ ਆਪਣੇ ਸਾਹਿਤਕਾਰਾਂ ਦੀ ਲੋੜ ਹੈ, ਉਹਨਾਂ ਨੂੰ ਪੜ੍ਹਨ ਦੀ ਲੋੜ ਹੈ, ਕਿਤਾਬਾਂ ਪੜ੍ਹਨ ਦੀ ਲੋੜ ਹੈ, ਅਤੇ ਇਸ ਲਈ ਸਾਹਿਤ ਪੜ੍ਹਨ ਤੋਂ ਬਿਨਾਂ ਮੁਸ਼ਕਲ ਹੈ। ਲੇਖਕ ਲਈ ਪੜ੍ਹਨਾ ਕਿੰਨਾ ਕੁ ਜ਼ਰੂਰੀ ਹੈ? ਬਹੁਤ ਜ਼ਿਆਦਾ। ਅਤੇ ਸਾਡੇ ਲੇਖਕ ਜਿਵੇਂ ਆਪਾਂ ਦੇਖਦੇ ਹਾਂ ਵੀ ਪੜ੍ਹਨ 'ਚ ਘੱਟ ਦਿਲਚਸਪੀ, ਮੁਫਤ ਦੀ ਕਿਤਾਬ ਡੀਕੀ ਜਾਂਦੇ ਆ। ਸਾਡੇ ਵਿਦਵਾਨ, ਮੈਂ ਤਾਂ ਜਾਣਦਾ ਨਹੀਂ ਕਿਸੇ ਆਲੋਚਕ ਨੂੰ ਜਿਹੜਾ ਕਿਤਾਬ ਮੁੱਲ ਲੈ ਕੇ ਵੀ ਕਦੇ ਆਲੋਚਨਾ ਕਰਦਾ ਹੋਵੇ। ਚਲੋ ਉਹਨੂੰ ਮਿਲਣੀ ਵੀ ਚਾਹੀਦੀ ਕਿਉਂਕਿ ਉਹਨੇ ਆਲੋਚਨਾ ਕਰਨੀ ਆ, ਪਰ ਜਿਹੜੇ ਆਮ ਲੇਖਕ ਹੈ ਜਦੋਂ ਅਸੀਂ ਆਪਾਂ ਦੇਖਦੇ ਹਾਂ ਵੀ ਸਾਹਿਤਕ ਸਮਾਗਮ ਹੁੰਦੇ ਆ ਉੱਥੇ ਮੁਫਤ ਦੀ ਕਿਤਾਬ ਡੀਕਦੇ ਆ। ਅਸੀਂ ਇਹ ਲੰਗਰ ਤੋਂ ਸਿੱਖਿਆ ਵੀ ਮੁਫਤ ਦਾ ਇਹ ਲੰਗਰ ਛਕਣਾ, ਇਹ ਅਸੀਂ ਆਪੇ ਹੀ ਆਦਤ ਪਾ ਦਿੱਤੀ ਹੈ ਮੇਰੇ ਖਿਆਲ 'ਚ ਕਿ ਲੋਕਾਂ ਨੂੰ ਹਰ ਇੱਕ ਨੂੰ ਕਿਤਾਬ ਦੇਣੀ, ਇਸ ਲਈ ਹੁਣ ਉਹ ਇੱਕ ਬਣ ਗਈ ਹੋਈ ਹੈ, ਰੀਤ ਹੀ ਬਣ ਗਈ ਹੋਈ ਹੈ ਜਿਹੜਾ ਕਿ ਕੋਈ ਵੀ ਤੁਹਾਡੇ ਕੋਲ ਕਿਤਾਬ ਜਿਹੜਾ ਮੁਫਤੀ ਭਾਲਦਾ। ਦੇਖੋ ਕਿਤਾਬ ਦਾ ਛਪਣਾ ਅੱਜ ਕੱਲ੍ਹ ਬਹੁਤ ਮਹਿੰਗਾ ਹੈ, ਸਾਡੇ ਕੋਲ ਪਬਲਿਸ਼ਰ ਬੜੇ ਘੱਟ ਨੇ, ਪ੍ਰਿੰਟਰ ਬਹੁਤ ਨੇ, ਉਹ ਪ੍ਰਿੰਟ ਕਰਦੇ ਨੇ, ਉਹਦੇ 'ਚ ਸ਼ਬਦ ਜੋੜਾਂ ਦੀਆਂ ਗਲਤੀਆਂ, ਉਹਦੇ 'ਚ ਆਪਣੇ ਤੌਰ 'ਤੇ ਉਹ ਸ਼ੇਅਰ ਬਦਲ ਵੀ ਲੈਂਦੇ ਕਈ ਵਾਰੀ ਵੀ ਜੋ ਉਹਨਾਂ ਨੂੰ, ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਐਡੀਟਰ ਹੁੰਦੇ ਨੇ, ਅਤੇ ਉਹ ਐਡਿਟ ਕਰਨ ਦਾ ਝੱਸ ਭੂਰਦੇ ਆ। ਇਹ ਤੁਹਾਨੂੰ ਕਿੰਨਾ ਕੁ ਮਾੜਾ ਲੱਗਦਾ ਜਦੋਂ ਕਿਸੇ ਲੇਖਕ ਦੀ ਕੋਈ ਰਚਨਾ, ਫਰਜ਼ ਕਰੋ ਕਿ ਤੁਹਾਡਾ ਸ਼ੇਅਰ ਬਦਲੇ, ਤਾਂ ਤੁਹਾਨੂੰ ਕਿੰਨਾ ਕੁ ਬੁਰਾ ਲੱਗੇਗਾ? ਇਹ ਤਾਂ ਬੁਰਾ, ਇਹ ਤਾਂ ਜ਼ੁਰਮ ਆ, ਇਹ ਨਹੀਂ ਹੋਣਾ ਚਾਹੀਦਾ। ਇਹ ਮੈਂ ਵੇਖਿਆ ਪਤਰੇਲ ਜਿਹੇ ਮੋਤੀ 'ਚ ਕੁਛ ਗਲਤੀਆਂ ਨੇ, ਕੁਛ ਜਿਹੜੇ ਖਾਸ ਕਰਕੇ ਜਦੋਂ ਅਸੀਂ ਗਜ਼ਲ ਲਿਖਦੇ ਹਾਂ, ਗਜ਼ਲ ਦੇ ਵਿੱਚੋਂ ਇੱਕ ਵੀ ਸ਼ਬਦ ਇੱਧਰ ਉੱਧਰ ਹੋ ਜਾਏ ਤਾਂ ਉਹਦਾ ਪੂਰਾ ਮਤਲਬ ਵੀ ਬਿਲਕੁਲ ਜਿਹੜਾ ਉਹ ਬਦਲ ਜਾਂਦਾ। ਹਾਂਜੀ, ਅਤੇ ਇਸ ਲਈ ਇਹ ਗਲਤ ਹੈ, ਇਹ ਇਹ ਨਹੀਂ ਹੋਣਾ ਚਾਹੀਦਾ। ਆਪਣੀ ਮਾਂ ਬੋਲੀ ਅਤੇ ਭਾਸ਼ਾ ਨੂੰ ਅਸੀਂ ਪ੍ਰਦੇਸ਼ 'ਚ ਕਿਵੇਂ ਵਿਚਾਰ ਸਕਦੇ ਹਾਂ? ਆਪਣੇ ਪਰਿਵਾਰ ਦੇ ਨਾਲ ਪੰਜਾਬੀ ਬੋਲੋ, ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਓ, ਪੰਜਾਬੀ ਦੇ ਫੰਕਸ਼ਨ ਜਿੱਦਾਂ ਤੁਸੀਂ ਕਰਵਾ ਰਹੇ ਹੋ, ਟੀਵੀ ਚੈਨਲਸ, ਆਪਣੇ ਰੇਡੀਓ, ਹੋਰ ਅਖਬਾਰਾਂ ਜਿਹੜੀਆਂ ਵਾ ਉਹ ਸਾਡੀ ਭਾਸ਼ਾ ਨੂੰ ਬਚਾ ਸਕਦੀਆਂ। ਹੁਣ ਫਿਰ ਤੁਸੀਂ ਇੱਕ ਆਪਣੀ ਕੋਈ ਰਚਨਾ ਹੋਰ ਸੁਣਾਓ। ਹਾਂਜੀ ਜ਼ਰੂਰ, ਇੱਕ ਗਜ਼ਲ ਹੋਰ ਆ, ਨਾ ਮੁੱਕਦਾ ਹੈ ਨਾ ਸੁੱਕਦਾ ਹੈ ਅਤੇ ਜਲ ਕੇ ਵੀ ਨਾ ਜਲਦਾ ਹੈ। ਨਾ ਮੁੱਕਦਾ ਹੈ ਨਾ ਸੁੱਕਦਾ ਹੈ ਅਤੇ ਜਲ ਕੇ ਵੀ ਨਾ ਜਲਦਾ ਹੈ, ਇਹ ਬੂਟਾ ਇਸ਼ਕ ਦਾ ਨਿੱਤ ਅੱਗ ਦੀ ਗੋਦੀ 'ਚ ਪਲਦਾ ਹੈ। ਤੂੰ ਧਰਤੀਏ ਸਥਿਰ ਹੋਣਾ ਨਹੀਂ ਹੈ ਤੇਰੀ ਫਿਤਰ ਇਹ, ਤੂੰ ਧਰਤੀਏ ਸਥਿਰ ਹੋਣਾ ਨਹੀਂ ਹੈ ਤੇਰੀ ਫਿਤਰਤ ਇਹ, ਮੈਂ ਸੂਰਜ ਹਾਂ ਕਿ ਜੋ ਆਪਣੀ ਸਹੀ ਥਾਂ ਤੋਂ ਨਾ ਹਿਲਦਾ ਹੈ। ਨਹੀਂ ਇੰਗਲੈਂਡ ਦੇ ਪੌਂਡਾਂ ਬਰਾਬਰ ਹੈਸੀਅਤ ਮੇਰੀ, ਨਹੀਂ ਇੰਗਲੈਂਡ ਦੇ ਪੌਂਡਾਂ ਬਰਾਬਰ ਹੈਸੀਅਤ ਮੇਰੀ, ਮੈਂ ਹਾਂ ਖੋਟਾ ਜਿਹਾ ਸਿੱਕਾ ਜੋ ਕਿਧਰੇ ਵੀ ਨਾ ਚੱਲਦਾ ਹੈ। ਅਸਲ ਖੁਸ਼ਬੂ ਜੇ ਲੈਣੀ ਹੈ ਤਾਂ ਜੰਗਲੀ ਭਟਕਣਾ ਪੈਣਾ, ਅਸਲ ਖੁਸ਼ਬੂ ਜੇ ਲੈਣੀ ਹੈ ਤਾਂ ਜੰਗਲੀ ਭਟਕਣਾ ਪੈਣਾ, ਬੁਰਾ ਬੜਾ ਦੁਰਲੱਭ ਹੈ ਚੰਦਨ ਜੋ ਘਰ ਬੈਠੇ ਨਾ ਮਿਲਦਾ ਹੈ। ਮਗਰਮੱਛ ਸ਼ੇਰ ਸੱਪ ਵਰਗਾ ਬੁਰਾ ਕਿਰਦਾਰ ਨਹੀਂ ਮੇਰਾ, ਮਗਰਮੱਛ ਸ਼ੇਰ ਸੱਪ ਵਰਗਾ ਬੁਰਾ ਕਿਰਦਾਰ ਨਹੀਂ ਮੇਰਾ, ਮੈਂ ਕੁੱਤਾ ਹਾਂ ਜੋ ਆਪਣੇ ਮਾਲਕ ਨੂੰ ਨਛਲਦਾ ਹੈ। ਗੁਆ ਬੈਠੇ ਹਾਂ ਜੀਵਨ ਵੀ ਅਸੀਂ ਹੱਦਾਂ ਉਸਾਰਨ ਵਿੱਚ, ਗੁਆ ਬੈਠੇ ਹਾਂ ਜੀਵਨ ਵੀ ਅਸੀਂ ਹੱਦਾਂ ਉਸਾਰਨ ਵਿੱਚ, ਉੱਧਰ ਤੇਰਾ ਸਿਵਾ ਬਲਦਾ ਇੱਧਰ ਮੇਰਾ ਵੀ ਬਲਦਾ ਹੈ। ਨਾ ਮੁੱਕਦਾ ਹੈ ਨਾ ਸੁੱਕਦਾ ਹੈ ਅਤੇ ਜਲ ਕੇ ਵੀ ਨਾ ਜਲਦਾ ਹੈ, ਇਹ ਬੂਟਾ ਇਸ਼ਕ ਦਾ ਨਿੱਤ ਅੱਗ ਦੀ ਗੋਦੀ 'ਚ ਪਲਦਾ ਹੈ। ਵਾਹ ਜੀ ਵਾਹ, ਕਮਾਲ ਕਰ ਦਿੱਤੀ ਤੁਸੀਂ ਤਾਂ, ਮਤਲਬ ਆਪਣੇ ਬੰਦਿਆਂ ਨੂੰ ਉਹਨਾਂ ਨਾਲ ਹੀ ਮਿਲਤਾ, ਕੁਦਰਤ ਦਾ ਵੀ ਆਨੰਦ ਮਾਣਿਆ ਜਾ ਸਕਦਾ ਹੈ ਕਵਿਤਾ ਰਾਹੀਂ। ਹੁਣ ਅਸੀਂ ਇਹ ਵੀ ਪੁੱਛਣਾ ਚਾਹਾਂਗੇ ਕਿ ਆਪਣੇ ਪਿਛੋਕੜ ਬਾਰੇ ਵੀ ਜ਼ਰੂਰ ਪਾਠ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ ਕਿ ਤੁਸੀਂ ਕਿੱਥੋਂ ਅਤੇ ਕਦੋਂ ਕਦੋਂ ਤੋਂ ਕੀ ਕੀਤਾ। ਹਾਂਜੀ, ਮੈਨੂੰ ਬਹੁਤ ਮਾਣ ਆ ਆਪਣੇ ਪਿਛੋਕੜ 'ਤੇ। ਮੈਂ ਪਿੰਡ ਤਲਵੰਡੀ ਖੁੰਮਣ ਦੀ ਜੰਮਪਲ ਆ, ਜਿਹੜੀ ਸਾਡਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ, ਅਤੇ ਬਟਾਲੇ ਤੋਂ ਅੰਮ੍ਰਿਤਸਰ ਜਾਂਦਿਆਂ ਰਸਤੇ ਦੇ ਵਿੱਚ ਆਉਂਦਾ ਹੈ ਪਿੰਡ। ਮੇਰੇ ਮੰਮੀ ਡੈਡੀ ਆਪਣੇ ਸਧਾਰਨ ਕਿਸਾਨ, ਮੇਰੇ ਡੈਡੀ ਸਧਾਰਨ ਕਿਸਾਨ ਨੇ, ਜਿਨ੍ਹਾਂ ਨੇ ਮੈਨੂੰ ਉੱਚੀ ਵਿੱਦਿਆ, ਮੈਨੂੰ ਅਤੇ ਮੇਰੇ ਦੂਜੇ ਭੈਣ ਭਰਾਵਾਂ ਨੂੰ ਵੀ ਸ਼ਹਿਰ ਪੜ੍ਹਨ ਭੇਜਿਆ, ਅਤੇ
ਉੱਥੇ ਮੈਂ ਆਪਣੇ ਪਹਿਲਾਂ ਖਾਲਸਾ ਕਾਲਜ ਵਿੱਦਿਆ ਪ੍ਰਾਪਤ ਕੀਤੀ, ਫਿਰ ਯੂਨੀਵਰਸਿਟੀ, ਫਿਰ ਮੈਂ ਉਸ ਤੋਂ ਬਾਅਦ ਜੰਮੂ ਯੂਨੀਵਰਸਿਟੀ ਚਲੇ ਗਈ PhD ਕਰਨ, ਪਰ PhD ਮੇਰੀ ਪੂਰੀ ਨਹੀਂ ਹੋਈ। ਉਸ ਤੋਂ ਬਾਅਦ ਫਿਰ 2007 ਦੇ ਵਿੱਚ ਮੈਂ ਆਸਟ੍ਰੇਲੀਆ ਦਾ ਪ੍ਰੋਗਰਾਮ ਬਣਾ ਲਿਆ। ਇਹ ਤਾਂ ਬਹੁਤ ਚੰਗੀ ਗੱਲ ਹੈ ਜੀ। ਅੱਜ ਸਾਨੂੰ ਇਸ ਗੱਲ ਦਾ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਇੱਕ ਅਜਿਹੀ ਸਾਹਿਤਕਾਰ ਨੂੰ ਮਿਲੇ ਹਾਂ ਜਿਹੜੇ ਪ੍ਰਦੇਸ਼ 'ਚ ਰਹਿੰਦੇ ਹਾਂ, ਉਹੀ ਪ੍ਰਚਾਰ ਕਰ ਰਹੇ ਹੈ ਜੋ ਹਰ ਪੰਜਾਬੀ ਨੂੰ ਕਰਨਾ ਚਾਹੀਦਾ ਹੈ ਆਪਣੀਆਂ ਲਿਖਤਾਂ ਰਾਹੀਂ, ਕਿਉਂਕਿ ਸਾਡਾ ਜਿਹੜਾ ਕਲਮ ਫੜਨ ਦਾ ਇੱਕ ਸੱਚਾ ਅਤੇ ਸੁੱਚਾ ਫਰਜ਼ ਹੈ ਕਿ ਅਸੀਂ ਇਨਸਾਨੀਅਤ ਦੇ ਦਾਅਵੇਦਾਰ ਹਾਂ, ਨਾ ਕਿ ਕਿਸੇ ਇਕੱਲੇ ਤੋਂ ਇਕੱਲੇ ਸਮਾਜ ਦੇ। ਆਪਣੇ ਸਮਾਜ ਦੀਆਂ ਜਿਹੜੀਆਂ ਚੰਗੀਆਂ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਆਪਣੇ ਨਾਲ ਰੱਖ ਕੇ ਉਸੇ ਦੀ ਸਿਰਜਣਾ ਕਰਨੀ ਹੈ, ਪਰ ਉਸ ਸਥਾਨ 'ਤੇ ਜਿੱਥੇ ਅਸੀਂ ਰਹਿ ਰਹੇ ਹਾਂ ਉਹਨੂੰ ਅਣਗੌਲਿਆਂ ਕਰਨਾ ਨਹੀਂ। ਜੇ ਅਸੀਂ ਅਣਗੌਲਿਆਂ ਕਰਾਂਗੇ ਤਾਂ ਲੋਕ ਸਾਨੂੰ ਵੀ ਅਣਗੌਲਿਆਂ ਕਰਨਗੇ। ਇਸ ਕਰਕੇ ਇਹ ਜ਼ਰੂਰੀ ਹੈ ਹਰ ਸਾਹਿਤਕਾਰ ਲਈ, ਉਹਦੇ ਸਾਹਿਤ ਲਈ, ਕਿ ਉਹ ਸਾਹਿਤ ਲੋਕਾਂ ਦਾ ਭਲਾ ਮੰਗਦਾ ਹੋਵੇ, ਉਹ ਲੋਕਾਂ ਨੂੰ ਇੱਕ ਦਿਸ਼ਾ ਵੱਲ ਤੋਰਦਾ ਹੋਵੇ, ਉਹ ਦਿਸ਼ਾ ਜਿਹੜੀ ਸਮਾਜ ਦੇ ਭਲੇ ਦੀ ਹੋਵੇ, ਮਨੁੱਖ ਨੂੰ ਜੰਗਾਂ ਦੇ ਖਿਲਾਫ ਖੜਾ ਕਰਦੀ ਹੋਵੇ, ਮਨੁੱਖ ਨੂੰ ਅਮਨ ਦੇ ਹੱਕ ਵਿੱਚ ਖੜਾ ਕਰਦੀ ਹੋਵੇ। ਇਹਨਾਂ ਸਾਰੇ ਸ਼ਬਦਾਂ ਨਾਲ ਬੀਬੀ ਕੁਲਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵਿਆਹ 'ਚੋਂ ਆਪਣਾ ਸਮਾਂ ਕੱਢਿਆ, ਕਿਉਂਕਿ ਇਹਨਾਂ ਦੀ ਦੋਸਤ ਦਾ ਇੱਕ ਵਿਆਹ ਹੈ, ਅਤੇ ਉਸ ਵਿਆਹ 'ਚੋਂ ਸਮਾਂ ਕੱਢ ਕੇ ਵੀ ਤੁਹਾਡੇ ਲਈ ਇਹ ਆਪਣੀ ਰਚਨਾ ਵੀ ਪੇਸ਼ ਕੀਤੀ ਅਤੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਇੱਦਾਂ ਮੀਡੀਆ ਪੰਜਾਬ TV ਨਾਲ ਜੁੜੇ ਰਹੋ ਜੀ, ਅਸੀਂ ਸਾਹਿਤ ਦੀ ਸੇਵਾ ਲਈ ਵਚਨਬੱਧ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।